बंदन सिमरो अंगद दोख निकंदन अमरदास गुर हृदय त्यामो हृदय त्यामो श्री गुरु रामदास गुण गामो श्री अर्जन विघ्नन के नाशक विघ्नन के नाशक श्री हर गोविंद शुभ सुमत प्रकाशक श्री हर राय नमो कर जोरी नमो कर जोरी गुरु हर कृष्ण मनाए बहोरी गुरु तेग बहादुर परम किर पाला परम किर पाला श्री गुरु गोबिंद सिंह बिसाला तरों तरा पर पुन पुन सीसा पुन पुन सीसा बंदों बार बार जगदीशा जिसमें अमृत ज्ञान है माणक भगत बैराग श्री गुरु ग्रंथ साहिब उदद बंदों करे अनुराग एकंकारा सतगुरु तेह प्रसाद सच होए वाहेगुरु जी की फतेह विघ्न विनाशन सोए। हाँ जी सतनाम श्री वाहेगुरु साहिब जी चौपाई अपर बात एक परत बिगार बैर करहै काजी कुरियार शाहो निकट होए उचरत चारी खोट अरोपह ओर तुहारी अपर बात एक परत बिगार सच्चे पातशाह गरीब नवाज दीन दुनिया दे मालक चबर छत्र तख्त दे मालक समरथ गुरु प्रतख गुरु दीन दयाल कृपाल अंतर जामी पूर्ण पार ब्रह्म परमेश्वर वाहिगुरु अकाल पुरख जी का सरगुण स्वरूप दासां गरीबां सिखां सेवकां साढ़े सारिया ते ही कृपा करन वाले दया करन वाले रहमतां करन वाले बख्शिशां करन वाले हाजरा हजूर जहरा जहूर सर्ब कला भरपूर अंतर जामी धन धन श्री गुरु ग्रंथ साहिब जी महाराज 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 आप जी सतगुरु जी की पवित्र पावन हाजरी विच सजे हुए हो कल लड़ीवार कथा इथों तक आपां ने सरवण कीती हजूर महाराज गरीब नवाज सच्चे पातशाह तन तन श्री गुरु हरगोबिंद साहब जी दे विआह होया है जी माता मरवाही जी ने सतगुरु जी का पला पकड़िया लावा फेरे हुए हैं बहुत आनंद वाला माहौल बनिया है गुरु जी डोली नू लै के तुर पए हैं डोली नू विदा करन वास्ते बाबा द्वारा जी माता भागन जी सारे आए हुए हैं
ਸਤਿਗੁਰੂ ਗਰੀਬ ਨਵਾਜ ਸੱਚੇ ਪਾਤਸ਼ਾਹ ਮਹਾਰਾਜ ਰਸਤੇ ਵਿੱਚ ਥੋੜ੍ਹਾ ਜਿਹਾ ਤੁਰ ਕੇ ਕਹਿਣ ਲੱਗੇ, ਰੁਕੋ ਰੁਕੋ, ਅੱਗੇ ਨਹੀਂ ਜਾਣਾ ਕਿਸੇ ਨੇ। ਜਦੋਂ ਮਹਾਰਾਜ ਨੇ ਇਸ ਤਰ੍ਹਾਂ ਕਿਹਾ, ਨਾਲ ਹੀ ਸਤਿਗੁਰੂ ਜੀ ਨੇ ਬਚਨ ਕੀਤਾ ਵੀ ਸਾਡਾ ਇੱਕ ਪਿਆਰਾ ਸਿੱਖ ਸਾਡੇ ਦਰਸ਼ਨ ਕਰਨ ਵਾਸਤੇ ਇੱਥੇ ਪਹੁੰਚ ਰਿਹਾ ਹੈ। ਸਤ ਸੰਗਤ ਜੀ, ਮਹਾਰਾਜ ਉੱਥੇ ਰੁਕੇ ਹੈ ਅਤੇ ਪਿਆਰਾ ਕੌਣ ਆਇਆ ਹੈ? ਪਿਆਰਾ ਆਇਆ ਹੈ ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਬੜੇ ਹੀ ਪਿਆਰੇ ਸਿੱਖ ਭਾਈ ਲੰਗਾਹ ਜੀ। ਭਾਈ ਲੰਗਾਹ ਜੀ ਕੌਣ ਹਨ ਮੈਂ ਬੇਨਤੀ ਕਰਾਂ? ਭਾਈ ਲੰਗਾਹ ਜੀ 84 ਪਿੰਡਾਂ ਦੇ ਸਰਦਾਰ ਹਨ। ਸਾਧ ਸੰਗਤ ਜੀ, 84 ਪਿੰਡਾਂ ਦੇ ਸਰਦਾਰ ਹੋਣ ਦੇ ਬਾਵਜੂਦ ਵੀ ਬੜੀ ਹੀ ਨਿਮਰਤਾ ਭਾਈ ਲੰਗਾਹ ਜੀ ਜਿਹੜੀ ਹੈ ਉਹ ਗੁਰੂ ਘਰ ਵਿੱਚ ਧਾਰਨ ਕਰਦੇ ਹੈ। ਭਾਈ ਲੰਗਾਹ ਜੀ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਨਾਲ ਜਦੋਂ ਮਹਾਰਾਜ ਜੀ ਲਾਹੌਰ ਵਿੱਚ ਗਏ ਆ ਸ਼ਹੀਦ ਹੋਣ, ਭਾਈ ਲੰਗਾਹ ਜੀ ਗੁਰੂ ਸਾਹਿਬ ਜੀ ਦੇ ਨਾਲ ਲਾਹੌਰ ਗਏ ਸੀਗੇ ਜੀ। ਗੁਰੂ ਹਰਗੋਬਿੰਦ ਸਾਹਿਬ ਜਦੋਂ ਲਾਹੌਰ ਵਿੱਚ ਉਹਨਾਂ ਅਸਥਾਨਾਂ ਦੇ ਦਰਸ਼ਨ ਕਰਦੇ ਹਨ, ਗੁਰੂ ਹਰਗੋਬਿੰਦ ਸਾਹਿਬ ਜੀ ਨੇ ਭਾਈ ਲੰਗਾਹ ਜੀ ਦੀ ਡਿਊਟੀ ਲਾਈ ਸੀ ਕਿ ਭਾਈ ਲੰਗਾਹ ਜੀ ਤੁਸੀਂ ਇਸ ਜਗ੍ਹਾ ਰਹਿਣਾ, ਇੱਥੋਂ ਦੀ ਸੇਵਾ ਕਰਨੀ ਹੈ। ਸੋ ਭਾਈ ਲੰਗਾਹ ਜੀ ਸਾਧ ਸੰਗਤ ਜੀ ਲਾਹੌਰ ਵਿੱਚ ਗੁਰੂ ਅਰਜਨ ਸਾਹਿਬ ਜੀ ਦਾ ਜਿਹੜਾ ਅਸਥਾਨ ਹੈ ਡੇਰਾ ਸਾਹਿਬ, ਜਿੱਥੇ ਸਤਿਗੁਰੂ ਜੀ ਦਾ ਸ਼ਹੀਦੀ ਅਸਥਾਨ ਹੈ, ਭਾਈ ਲੰਗਾਹ ਸਾਹਿਬ ਜੀ ਉਸ ਅਸਥਾਨ ਦੀ ਸੇਵਾ ਕਰਦੇ ਹਨ। ਹੁਣ ਅੱਗੋਂ ਆਪਾਂ ਕਥਾ ਸੁਣਨੀ ਹੈ। ਭਾਈ ਲੰਗਾਹ ਜੀ ਜਦੋਂ ਆ ਕੇ ਸਤਿਗੁਰੂ ਜੀ ਨੂੰ ਮਿਲੇ, ਕਹਿੰਦੇ ਮਹਾਰਾਜ ਮੈਨੂੰ ਪਤਾ ਲੱਗਾ ਸੀ ਵੀ ਆਪ ਜੀ ਦਾ ਵਿਆਹ ਹੋ ਰਿਹਾ, ਮੈਂ ਮਹਾਰਾਜ ਤਾਂ ਆਪ ਜੀ ਦੇ ਦਰਸ਼ਨ ਕਰਨ ਵਾਸਤੇ ਆਇਆ। ਮਹਾਰਾਜ ਕਹਿੰਦੇ ਭਾਈ ਲੰਗਾਹ ਜੀ ਤੁਹਾਨੂੰ ਕਿਵੇਂ ਪਤਾ ਲੱਗਾ? ਹੁਣ ਇੱਥੇ ਇੱਕ ਗੱਲ ਹੋਰ ਧਿਆਨ ਨਾਲ ਸੁਣਿਓ, ਭਾਈ ਲੰਗਾਹ ਜੀ ਅੰਤਰਮੁਖੀ ਸਿੱਖ ਹਨ, ਬੰਦਗੀ ਕਰਨ ਵਾਲੇ ਹਨ, ਪਰ ਭਾਈ ਲੰਗਾਹ ਜੀ ਇਹ ਵੀ ਕਹਿ ਸਕਦੇ ਸੀ ਵੀ ਮਹਾਰਾਜ ਮੈਂ ਤਾਂ ਅੰਤਰਜਾਮੀ ਹਾਂ, ਮੈਨੂੰ ਤਾਂ ਪਤਾ ਵੀ ਕਿੱਥੇ ਕੀ ਹੋ ਰਿਹਾ। ਪਰ ਭਾਈ ਲੰਗਾਹ ਜੀ ਨੇ ਇਹ ਨਹੀਂ ਕੀਤਾ ਜੀ। ਚੇਤਾ ਰੱਖਿਓ, ਸਿੱਖ ਜਿੰਨਾ ਮਰਜ਼ੀ ਵੱਡਾ ਬਣ ਜਾਵੇ, ਜਿੰਨੀ ਮਰਜ਼ੀ ਵੱਡੀ ਆਤਮਕ ਅਵਸਥਾ ਦਾ ਮਾਲਕ ਬਣ ਜਾਵੇ, ਉਹ ਕਦੀ ਵੀ ਗੁਰੂ ਸਾਹਿਬ ਦੇ ਅੱਗੇ ਸ਼ੋਅ ਨਹੀਂ ਕਰਦਾ ਵੀ ਮੈਂ ਬਹੁਤ ਵੱਡਾ ਬਣ ਗਿਆ ਹਾਂ। ਬ੍ਰਹਮ ਗਿਆਨੀ ਸਿੱਖ ਦੀ ਤਾਂ ਪਛਾਣ ਹੀ ਇਹੋ ਹੈ, ਬ੍ਰਹਮ ਗਿਆਨੀ ਊਚ ਤੇ ਊਚਾ, ਮਨ ਆਪਣੇ ਹੈ ਸਭ ਤੇ ਨੀਚਾ। ਹਾਂ, ਸਭ ਤੇ ਨੀਚਾ, ਸਭ ਤੇ ਨੀਚਾ ਦਾ ਮਤਲਬ ਵੀ ਸਭ ਤੋਂ ਹੀ ਨੀਵਾਂ ਜੀ। ਭਾਈ ਲੰਗਾਹ ਜੀ ਕਹਿ ਸਕਦੇ ਸੀ ਵੀ ਮਹਾਰਾਜ ਮੈਂ ਤੇ ਅੱਖਾਂ ਬੰਦ ਕਰਾਂ ਤੇ ਮੈਨੂੰ ਤੁਹਾਡਾ ਵਿਆਹ ਨਜ਼ਰ ਆ ਰਿਹਾ ਸੀ, ਪਰ ਭਾਈ ਲੰਗਾਹ ਜੀ ਨੇ ਇਸ ਤਰ੍ਹਾਂ ਨਹੀਂ ਕਿਹਾ। ਕਾਰਨ, ਘੜਾ ਭਰਿਆ ਹੋਇਆ ਸਾਧ ਸੰਗਤ ਜੀ, ਜਦੋਂ ਘੜਾ ਭਰ ਜਾਂਦਾ ਨਾ ਅੰਦਰ ਵਾਲਾ, ਫਿਰ ਨਹੀਂ ਡੋਲਦਾ। ਬਾਬਾ ਕਬੀਰ ਜੀ ਕਹਿੰਦੇ ਆ ਵੀ ਸ਼ੂਸ਼ਾ ਘੱਟ ਬੋਲਦਾ, ਘੱਟ ਦਾ ਅਰਥ ਹੁੰਦਾ ਘੜਾ, ਖਾਲੀ ਘੜਾ ਬੋਲਦਾ, ਭਰਿਆ ਹੋਏ ਸੋ ਕਬਹੂ ਨਾ ਡੋਲੇ, ਭਰੇ ਹੋਏ ਘੜੇ ਇਸ ਤਰ੍ਹਾਂ ਨਹੀਂ ਕਰਦੇ। ਭਾਈ ਲੰਗਾਹ ਜੀ ਕਹਿ ਸਕਦੇ ਸੀ ਵੀ ਮਹਾਰਾਜ ਮੈਂ ਤੇ ਅੰਤਰਜਾਮੀ ਹਾਂ, ਮੈਂ ਨਾਮ ਜਪਦਾ, ਮੈਨੂੰ ਤੇ ਸਾਰੀ ਗੱਲ ਦਾ ਪਤਾ, ਪਰ ਭਾਈ ਲੰਗਾਹ ਜੀ ਇਸ ਗੱਲ ਦਾ ਬਹਾਨਾ ਬਣਾਉਂਦੇ ਵੀ ਸੱਚੇ ਪਾਤਸ਼ਾਹ ਮੈਨੂੰ ਤਾਂ ਪਤਾ ਲੱਗਾ ਵੀ ਸਿੱਖ ਲਾਹੌਰ ਵਿਆਹ ਵਾਸਤੇ ਸਮਾਨ ਲੈਣ ਆਏ ਸੀਗੇ ਜੀ। ਮਤਲਬ ਆਤਮਕ ਅਵਸਥਾ ਸ਼ੋਅ ਨਹੀਂ ਕੀਤੀ ਜੀ, ਬਸ ਇਹੋ ਗੱਲ ਹੈ। ਗੁਰੂ ਜੀ ਮਿਹਰ ਕਰਨ, ਜਿੱਥੇ ਸਾਡੀ ਆਤਮਾ ਨੂੰ ਤਰੱਕੀ ਦੇਣ, ਉੱਥੇ ਸਾਨੂੰ ਜਰਨ ਦੀ ਵੀ ਤਾਕਤ ਦੇਣ ਸੱਚੇ ਪਾਤਸ਼ਾਹ। ਸਾਧ ਕੈ ਸੰਗ ਅਜਰ ਸਹਿ, ਅੱਜ ਦਾ ਮੁੱਖ ਵਾਕ ਹੀ ਇਹ ਹੈ, ਮਾਘ ਮੱਜਣ ਸੰਗ ਸਾਧੂਆਂ ਧੂੜੀ ਕਰ ਇਸ਼ਨਾਨ। ਸੰਗ ਸਾਧੂਆਂ ਦਾ ਜ਼ਿਕਰ ਕੀਤਾ ਸੱਚੇ ਪਾਤਸ਼ਾਹ ਨੇ, ਸੰਗ ਸਾਧੂਆਂ। ਸਾਧ ਕੈ ਸੰਗ ਅਜਰ ਸਹਿ, ਅਜਰ ਚੀਜ਼ਾਂ ਜਿਹੜੀਆਂ ਉਹ ਫਿਰ ਬੰਦਾ ਜਰਨ ਦੇ ਯੋਗ ਹੋ ਜਾਂਦਾ। ਸੋ ਭਾਈ ਲੰਗਾਹ ਜੀ ਸੱਚੇ ਪਾਤਸ਼ਾਹ ਜੀ ਨੂੰ ਵਿਆਹ ਦੀਆਂ ਵਧਾਈਆਂ ਦਿੰਦੇ ਆ। ਹੁਣ ਅੱਗੋਂ ਇੱਕ ਉਹ ਗੱਲ ਹੋਰ ਦੱਸ ਰਹੇ ਆ, ਚਾਹੁਣ ਤਾਂ ਆਪ ਵੀ ਭਾਈ ਲੰਗਾਹ ਜੀ ਸਾਰਾ ਕੁਝ ਕਰ ਸਕਦੇ ਆ, ਪਰ ਭਾਈ ਲੰਗਾਹ ਜੀ ਇਸ ਤਰ੍ਹਾਂ ਕੁਝ ਨਹੀਂ ਕਰ ਰਹੇ ਜੀ। ਫਿਰ ਬੇਨਤੀ ਸੁਣਿਓ,
84 ਪਿੰਡਾਂ ਦੇ ਚੌਧਰੀ ਨੇ ਭਾਈ ਲੰਗਾ ਜੀ। ਅੱਜ ਦੇ ਇਤਿਹਾਸ ਵਿੱਚ ਟੁੱਟੀ ਗੰਢਣ ਦੀ ਗੱਲ ਆਉਣੀ ਹੈ ਅਤੇ ਬੀਬੀ ਭਾਗੋ ਜੀ ਦਾ ਜ਼ਿਕਰ ਆਉਂਦਾ ਹੈ, ਕਈ ਮਾਈ ਭਾਗੋ ਵੀ ਕਹਿੰਦੇ ਆ। ਮਾਈ ਭਾਗੋ ਜੀ ਦਾ ਜ਼ਿਕਰ ਆਉਂਦਾ, ਮਾਈ ਭਾਗੋ ਜੀ ਝਬਾਲਦੇ ਸਨ ਜੀ, ਅਤੇ ਬਿਲਕੁਲ ਨਾਲ ਦਾ ਘਰ ਸੀ ਭਾਈ ਲੰਗਾਹ ਜੀ ਦਾ ਜੀ। ਲੰਗਾਹ ਦੇ ਹੀ ਚੌਧਰੀ ਭਾਈ ਲੰਗਾਹ ਵਾਹਿਗੁਰੂ ਝਬਾਲਦੇ ਹੀ ਚੌਧਰੀ ਸਨ ਭਾਈ ਲੰਗਾਹ ਜੀ। ਸੋ ਇਸ ਕਰਕੇ ਸਤ ਸੰਗਤ ਜੀ, ਭਾਈ ਲੰਗਾਹ ਜੀ ਦੀ ਅਵਸਥਾ ਤਾਂ ਬਹੁਤ ਵੱਡੀ ਹੈ, ਪਰ ਭਾਈ ਲੰਗਾਹ ਜੀ ਸ਼ੋਅ ਆਫ ਨਹੀਂ ਹੋ ਰਹੇ ਜੀ। ਐਸੇ ਬੜੇ ਗੁਰਸਿੱਖ ਨੇ ਜੀ, ਚੇਤਾ ਰੱਖਿਓ, ਬ੍ਰਹਮ ਗਿਆਨੀ ਗੁਰੂ ਕੇ ਸਿੱਖ ਜਿਹੜੇ ਆ ਨਾ, ਉਹ ਵੀ ਮਹਾਰਾਜ ਨੂੰ ਬੇਨਤੀਆਂ ਕਰ ਕਰਕੇ ਪ੍ਰਸ਼ਨ ਪੁੱਛਦੇ ਹੁੰਦੇ ਸੀ, ਬ੍ਰਹਮ ਗਿਆਨੀ ਸਿੱਖ। ਇੱਕ ਦਿਨ ਮਹਾਰਾਜ ਗੁਰੂ ਅਰਜਨ ਦੇਵ ਸਾਹਿਬ ਸਰੋਵਰ ਦੀ ਪਰਿਕਰਮਾ ਕਰ ਰਹੇ ਹਰਿਮੰਦਰ ਸਾਹਿਬ ਦੇ, ਅਤੇ ਭਾਈ ਕਲਿਆਣਾ ਜੀ, ਬਾਬਾ ਬੁੱਢਾ ਸਾਹਿਬ ਜੀ, ਭਾਈ ਲੰਗਾਹ ਜੀ, ਭਾਈ ਜੇਠਾ ਜੀ, ਭਾਈ ਮੰਝ ਜੀ, ਅਤੇ ਫਿਰ ਭਾਈ ਪਿਰਾਣਾ ਜੀ, ਇਹ ਸਾਰੇ ਸਿੱਖ ਬ੍ਰਹਮ ਗਿਆਨੀ। ਅਤੇ ਬ੍ਰਹਮ ਗਿਆਨੀ ਸਿੱਖ ਗੁਰੂ ਅਰਜਨ ਦੇਵ ਸਾਹਿਬ ਨੂੰ ਬੇਨਤੀ ਕਰਦੇ, ਸੱਚੇ ਪਾਤਸ਼ਾਹ ਸਾਡਾ ਉਧਾਰ ਕਿਵੇਂ ਹੋਵੇਗਾ? ਕਾਰਨ, ਜਦੋਂ ਬੰਦਾ ਸਵਾਲ ਪੁੱਛਦਾ ਫਿਰ ਨਿਮਰਤਾ 'ਚ ਆਉਂਦਾ ਗੁਰੂ ਜੀ ਨੂੰ। ਸਵਾਲ ਪੁੱਛਣ ਦੇ ਵੀ ਬੜੇ ਤਰੀਕੇ ਜੇ, ਕਈ ਹਉਮੈ 'ਚ ਵੀ ਸਵਾਲ ਪੁੱਛਦੇ ਹੈ, ਕਈ ਨਿਮਰਤਾ 'ਚ ਪੁੱਛਦੇ ਹੈ। ਬ੍ਰਹਮ ਗਿਆਨੀ ਗੁਰੂ ਕੇ ਸਿੱਖ ਸੱਚੇ ਪਾਤਸ਼ਾਹ ਜੀ ਨੂੰ ਸਵਾਲ ਪੁੱਛਦੇ, ਸੱਚੇ ਪਾਤਸ਼ਾਹ ਸੰਸਾਰ ਸਾਗਰ ਕਿਵੇਂ ਪਾਰ ਕਰਨਾ? ਅਤੇ ਮਹਾਰਾਜ ਕਹਿਣ ਲੱਗੇ ਵੀ ਤੁਹਾਨੂੰ ਵੀ ਦੱਸਣ ਦੀ ਲੋੜ ਹੈ, ਤੁਸੀਂ ਤਾਂ ਤਰੇ ਹੋਏ ਹੋ, ਭਾਈ ਮੰਝ ਜੀ, ਬਾਬਾ ਬੁੱਢਾ ਸਾਹਿਬ ਜੀ, ਭਾਈ ਜੇਠਾ ਜੀ, ਭਾਈ ਲੰਗਾਹ ਜੀ, ਭਾਈ ਪੁਰਾਣਾ ਜੀ, ਬਾਬਾ ਸ਼ਾਲੋ ਜੀ, ਸਾਰੇ ਸਿੱਖ ਬੈਠੇ। ਤੁਸੀਂ ਵੇਖੋ ਵੀ ਇਹ ਕਰੀਮ ਕਰੀਮ ਹੈ ਸਾਰੀ ਸਿੱਖ। ਜਦੋਂ ਉਹਨਾਂ ਮਹਾਰਾਜ ਨੂੰ ਬਚਨ ਕੀਤਾ ਨਾ, ਅਤੇ ਫਿਰ ਮਹਾਰਾਜ ਕਹਿਣ ਲੱਗੇ, ਸੰਤੋ ਸਾਗਰ ਪਾਰ ਉਤਰੀਐ, ਜੇ ਕੋ ਬਚਨ ਕਮਾਵੈ ਸੰਤਨ ਕਾ, ਸੋ ਗੁਰ ਪ੍ਰਸਾਦੀ ਤਰੀਐ। ਇਹ ਜਿਹੜਾ ਸੰਤੋ ਸ਼ਬਦ ਵਰਤਿਆ ਨਾ, ਇਹ ਮਹਾਰਾਜ ਨੇ ਉਹਨਾਂ ਬ੍ਰਹਮ ਗਿਆਨੀ ਸਿੱਖਾਂ ਨੂੰ ਕਿਹਾ ਜੀ। ਕਈ ਕਹਿੰਦੇ ਜੀ ਗੁਰੂ ਸਾਹਿਬ ਦੇ ਵੇਲੇ ਹੀ ਕੋਈ ਸੰਤ ਨਹੀਂ ਹੋਇਆ, ਮਹਾਰਾਜ ਕਿਸੇ ਨੂੰ ਸੰਤ ਕਹਿੰਦੇ ਹੀ ਨਹੀਂ ਸੀ। ਨਹੀਂ, ਬੜੀ ਜੀ ਥਾਂ 'ਤੇ ਜ਼ਿਕਰ ਆਇਆ, ਬੜੇ ਬੜੇ ਬ੍ਰਹਮ ਗਿਆਨੀ ਗੁਰੂ ਕੇ ਸਿੱਖ ਮਹਾਰਾਜ ਦੇ ਲਾਗੇ ਬੈਠੇ, ਮਹਾਰਾਜ ਕਹਿੰਦੇ ਸੰਤੋ ਰਾਮਦਾਸ ਸਰੋਵਰ ਨੀਕਾ। ਇਹ ਗੁਰੂ ਰਾਮਦਾਸ ਜੀ ਦਾ ਸਰੋਵਰ ਬੜਾ ਵਧੀਆ ਜੇ। ਸੰਤੋ ਰਾਮਦਾਸ ਸਰੋਵਰ ਨੀਕਾ, ਜੋ ਨਹਾਵੈ ਸੋ ਕੁੱਲ ਤਰਾਵੈ। ਵੇਖੋ ਕਿੱਡੀ ਵੱਡੀ ਗੱਲ ਜੀ, ਜੋ ਨਹਾਵੈ ਸੋ ਕੁੱਲ ਤਰਾਵੈ, ਉਧਾਰ ਹੋਆ ਹੈ ਜੀ ਕਾ, ਉਧਾਰ ਹੋ ਜਾਂਦਾ ਜੀ। ਸੰਤੋ ਸਾਗਰ ਪਾਰ ਉਤਰੀਐ, ਜੇ ਕੋ ਬਚਨ ਕਮਾਵੈ ਸੰਤਨ ਕਾ, ਸੋ ਗੁਰ ਪ੍ਰਸਾਦੀ ਤਰੀਐ। ਜੇ ਕੋਈ ਸੰਤਾਂ ਦਾ ਬਚਨ ਕਮਾ ਲਵੇ, ਉਹ ਗੁਰੂ ਦੀ ਮਿਹਰ ਉਹਦੇ 'ਤੇ ਹੁੰਦੀ, ਉਹ ਤਰ ਜਾਂਦਾ ਜੀ। ਸੋ ਇਸ ਕਰਕੇ ਇਹ ਸਿੱਖ ਬ੍ਰਹਮ ਗਿਆਨੀ ਨੇ, ਪਰ ਫਿਰ ਵੀ ਵੇਖੋ ਬੜੀ ਨਿਮਰਤਾ ਨਾਲ ਗੁਰੂ ਹਰਗੋਬਿੰਦ ਸਾਹਿਬ ਦੇ ਚਰਨਾਂ 'ਚ ਰਹਿੰਦੇ ਆ ਜੀ। ਹੁਣ ਭਾਈ ਲੰਗਾਹ ਜੀ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਇੱਕ ਗੱਲ ਦੱਸ ਰਹੇ ਹੈ, ਉਹ ਆਪਾਂ ਬੜੇ ਪਿਆਰ ਦੇ ਨਾਲ ਸਰਵਣ ਕਰੀਏ। ਸਾਰੀਆਂ ਸੰਗਤਾਂ ਪਿਆਰ ਨਾਲ ਗੱਜ ਕੇ ਆਖੋ ਜੀ, ਧੰਨ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ, ਧੰਨ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ, ਧੰਨ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ, ਧੰਨ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ। ਸਭ ਸੰਗਤ ਗੱਜ ਕੇ ਆਖੋ ਜੀ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਚੌਪਈ ਅਪਰ ਬਾਤ ਇੱਕ ਪਰਤ ਬਿਗਾਰ। ਭਾਈ ਲੰਗਾਹ ਜੀ ਹੱਥ ਜੋੜ ਕੇ ਗੁਰੂ ਹਰਗੋਬਿੰਦ ਸਾਹਿਬ ਨੂੰ ਕਹਿਣ ਲੱਗੇ, ਮਹਾਰਾਜ ਬਾਕੀ ਤਾਂ ਸਭ ਠੀਕ ਹੈ, ਇੱਕ ਗੱਲ ਵਿਗੜ ਰਹੀ ਹੈ ਮਹਾਰਾਜ। ਹਾਂਜੀ, ਬੈਰ ਕਰਹਿ ਕਾਜੀ ਕੁਰਿਆਰ। ਉਹ ਜਿਹੜਾ ਝੂਠਾ ਕਾਜੀ ਹੈ ਨਾ, ਬੀਬੀ ਕੌਲਾਂ ਜੀ ਦਾ ਪਿਤਾ, ਝੂਠਾ ਕਾਜੀ ਮਹਾਰਾਜ, ਉਹ ਵੈਰ ਕਰ ਰਿਹਾ ਆਪ ਜੀ ਦੇ ਨਾਲ, ਗੁਰੂ ਘਰ ਦੇ ਨਾਲ ਵੈਰ ਕਰ ਰਿਹਾ। ਹਾਂਜੀ, ਸ਼ਾਹ ਨਿਕਟ ਹੋਏ ਉਚਰਤ ਚਾਰੀ। ਮਹਾਰਾਜ ਉਹ ਸ਼ਾਹਜਹਾਂ ਦੇ ਲਾਗੇ ਹੋ ਕੇ
ਤੇ ਰੋਜ਼ ਤੁਹਾਡੀਆਂ ਚੁਗਲੀਆਂ ਕਰਦਾ ਰਹਿੰਦਾ ਹੈ। ਹਾਂਜੀ, ਖੋਟ ਅਰੋਪੈ ਔਰ ਤੁਹਾਰੀ, ਆਪ ਜੀ ਦੇ ਉੱਤੇ ਦੋਸ਼ ਲਾਉਂਦਾ। ਸਾਧ ਸੰਗਤ ਜੀ, ਇਹ ਵੀ ਧੁਰੋਂ ਹੀ ਡਿਊਟੀ ਹੁੰਦੀ ਜੇ। ਗੁਰੂ ਅਰਜਨ ਸਾਹਿਬ ਕਹਿੰਦੇ ਆ, ਨਿੰਦਕ ਐਵੇਂ ਨਹੀਂ ਨਿੰਦਿਆ ਕਰਦਾ, ਧੁਰੋਂ ਡਿਊਟੀ ਲੱਗਦੀ ਤਾਂ ਨਿੰਦਿਆ ਕਰਦਾ ਜੀ। ਕਿਰਤ ਨਿੰਦਕ ਕਾ ਧੁਰ ਹੀ ਪਿਆ। ਹੁਣ ਉਹ ਵੇਖੋ ਕਾਜੀ ਗੁਰੂ ਹਰਗੋਬਿੰਦ ਸਾਹਿਬ ਦੀਆਂ ਚੁਗਲੀਆਂ ਲਾਉਂਦਾ ਜੀ। ਹਾਂਜੀ, ਧਰਮਸਾਲ ਕੋ ਚਹਤ ਗਿਰਾਵਾ। ਗੁਰੂ ਹਰਗੋਬਿੰਦ ਸਾਹਿਬ ਕਹਿੰਦੇ ਵੀ ਕਾਜੀ ਕਰਦਾ ਕੀ ਹੈ, ਉਹਦੀ ਇੱਛਾ ਕੀ ਹੈ? ਤੇ ਭਾਈ ਲੰਗਾਹ ਜੀ ਬ੍ਰਹਮ ਗਿਆਨੀ ਸਿੱਖ ਹੱਥ ਜੋੜ ਕੇ ਗੁਰੂ ਹਰਗੋਬਿੰਦ ਸਾਹਿਬ ਨੂੰ ਕਹਿਣ ਲੱਗੇ, ਮਹਾਰਾਜ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਅਸਥਾਨ ਜਿੱਥੇ ਧਰਮਸ਼ਾਲਾ ਬਣੀ ਹੈ, ਗੁਰਦੁਆਰਾ ਡੇਰਾ ਸਾਹਿਬ ਜੀ, ਮਹਾਰਾਜ ਉਹ ਉਸ ਜਗ੍ਹਾ ਨੂੰ ਡੇਗ ਦੇਣਾ ਚਾਹੁੰਦਾ ਜੀ, ਢਾ ਦੇਣਾ ਚਾਹੁੰਦਾ ਮਹਾਰਾਜ ਦਾ ਸ਼ਹੀਦੀ ਅਸਥਾਨ। ਹਾਂਜੀ, ਹਿਤ ਮਸੀਤ ਧਰ ਅਵਨੀ ਦਾਵਾ। ਉਹ ਕਹਿੰਦਾ ਹੈ ਵੀ ਇੱਥੇ ਮਸੀਤ ਹੈ, ਇੱਥੇ ਮਸੀਤ ਬਣਨੀ ਚਾਹੀਦੀ ਹੈ। ਹਾਂਜੀ, ਕਰ ਹੈ ਵਜ਼ੀਰ ਖਾਨ ਤਿੰਨ ਮੋਰਨ। ਤੇ ਮਹਾਰਾਜ ਉਹ ਤਾਂ ਰੋਜ਼ ਹੀ ਚੁਗਲੀਆਂ ਲਾਉਂਦਾ ਸ਼ਾਹ ਵਾਹਿਗੁਰੂ ਸ਼ਾਹਜਹਾਂ ਨੂੰ, ਪਰ ਮਹਾਰਾਜ ਉੱਥੇ ਇੱਕ ਤੁਹਾਡਾ ਹੋਰ ਸਿੱਖ ਰਹਿੰਦਾ ਹੈ। ਕੌਣ? ਵਜ਼ੀਰ ਖਾਨ। ਵਜ਼ੀਰ ਖਾਨ ਬਹੁਤ ਨੇਕ ਦਿਲ, ਬੜਾ ਇਮਾਨਦਾਰ ਬੰਦਾ ਹੈ, ਔਰ ਰੋਜ਼ ਪੰਜ ਪੰਜ ਛੇ ਛੇ ਪਾਠ ਸੁਖਮਨੀ ਸਾਹਿਬ ਜੀ ਦੇ ਕੰਮ ਕਾਰ ਕਰਦਿਆਂ ਕਰਦਾ ਹੈ ਜੀ, ਵਜ਼ੀਰ ਖਾਨ। ਮਹਾਰਾਜ ਵਜ਼ੀਰ ਖਾਨ ਉਹਦੀ ਚੱਲਣ ਨਹੀਂ ਦਿੰਦਾ, ਵਜ਼ੀਰ ਖਾਨ ਉਹਨੂੰ ਮੋੜ ਦਿੰਦਾ ਵੀ ਚੱਲ ਇੱਥੋਂ ਤਿੱਤਰ ਹੋ ਜਾ। ਹਾਂਜੀ, ਚਾਹਤ ਅਨੀਤ ਰਾਖ ਔਰ ਖੋਰਨ। ਚਾਹਤ ਅਨੀਤ ਰਾਖ ਔਰ ਖੋਰਨ, ਮਹਾਰਾਜ ਉਹ ਬਦਲਾ ਲੈਣਾ ਚਾਹੁੰਦਾ ਹੈ। ਕਾਜੀ ਬਦਲੇ ਦੀ ਭਾਵਨਾ ਦੇ ਨਾਲ ਚੁਗਲੀਆਂ ਲਾਉਂਦਾ ਹੈ, ਇਹੋ ਜਿਹੇ ਵੀ ਵੇਖ ਲਓ ਬੰਦੇ ਹੁੰਦੇ ਆ ਜੀ। ਹਾਂਜੀ, ਇਹ ਸੁਧ ਕਰਨ ਕਾਜ ਮੈਂ ਆਵਾ। ਤੇ ਵਿਆਹ ਤਾਂ ਇੱਕ ਖੁਸ਼ੀ ਦਾ ਬਹਾਨਾ ਹੈ, ਅਸਲ ਵਿੱਚ ਮੈਂ ਤੁਹਾਨੂੰ ਦੱਸਣ ਵਾਸਤੇ ਆਇਆ ਹਾਂ ਕਿ ਮਹਾਰਾਜ ਕਾਜੀ ਇਹ ਸਾਰਾ ਕੁਝ ਕਰ ਰਿਹਾ ਜੀ। ਹਾਂਜੀ, ਮਹਾ ਲਾਭ ਤੁਮ ਦਰਸ਼ਨ ਪਾਵਾ। ਤੇ ਨਾਲੇ ਤੁਹਾਡੇ ਦਰਸ਼ਨ ਕਰਕੇ ਮੈਨੂੰ ਬੜਾ ਵੱਡਾ ਲਾਭ ਪ੍ਰਾਪਤ ਹੋਇਆ, ਬੜਾ ਵੱਡਾ ਫਲ ਪ੍ਰਾਪਤ ਹੋਇਆ। ਮੈਂ ਫਿਰ ਬੇਨਤੀ ਕਰਦਾ, ਭਾਈ ਲੰਗਾਹ ਜੀ ਆਮ ਸਿੱਖ ਨਹੀਂ ਹੈਗੇ, ਬ੍ਰਹਮ ਗਿਆਨੀ ਸਿੱਖ ਨੇ, ਚਾਹੁਣ ਫੁਰਨਾ ਬਣਾ ਕੇ ਕਾਜੀ ਨੂੰ ਉੱਥੇ ਹੀ ਮਾਰ ਦੇਣ ਜੀ। ਭਾਈ ਲੰਗਾਹ ਜੀ ਮਨ 'ਚ ਸੋਚਣਾ ਕਾਜੀ ਮਰ ਜੇ ਅਤੇ ਕਾਜੀ ਦਾ ਉੱਥੇ ਹੀ ਭੋਗ ਪੈ ਜੇ ਜੀ, ਪਰ ਭਾਈ ਲੰਗਾਹ ਜੀ ਐਸਾ ਨਹੀਂ ਕਰ ਰਹੇ ਜੀ। ਗੁਰੂ ਸਾਹਿਬ ਨੂੰ ਸੁਪਰੀਮ ਰੱਖਿਆ ਵੀ ਗੁਰੂ ਸਾਹਿਬ ਕਰਨਗੇ ਜੋ ਕਰਨਗੇ। ਹਾਂਜੀ, ਸ਼੍ਰੀ ਸਤਿਗੁਰ ਸੁਨ ਬਾਕ ਬਖਾਨਾ। ਹੁਣ ਆਖੋ ਸਾਰੇ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ। ਧੰਨ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ। ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ, ਸੁਣੋ ਭਾਈ ਲੰਗਾਹ ਜੀ ਸਾਡੀ ਗੱਲ ਸੁਣੋ। ਹਾਂਜੀ, ਧਰਮਸਾਲ ਪਰਮੇਸ਼ਰ ਥਾਨਾ। ਧਰਮਸ਼ਾਲਾ ਜਿਹੜੀ ਹੈ ਨਾ, ਇਹ ਤਾਂ ਰੱਬ ਦਾ ਥਾਂ, ਰੱਬ ਦਾ ਥਾਂ ਜੀ। ਵੇਖੋ ਜੀ, ਸਾਡੇ ਬੰਦਿਆਂ ਦੇ ਘਰ ਨੇ, ਪਰ ਆਹ ਜਿੱਥੇ ਬੈਠੇ ਤੇ ਰੱਬ ਦਾ ਹੀ ਘਰ ਹੈ ਨਾ। ਹਰਿਮੰਦਰ ਸਾਹਿਬ ਤਾਂ ਰੱਬ ਦਾ ਘਰ ਹੈ ਨਾ, ਗੁਰੂ ਘਰ, ਜਿਹਨ ਨਾਲੇ ਅਸੀਂ ਗੁਰੂ ਘਰ ਕਹਿੰਦੇ ਜੀ, ਤੇ ਗੁਰੂ ਘਰ ਤੇ ਫਿਰ ਗੁਰੂ ਕਾ ਹੀ ਹੋਇਆ ਨਾ ਜੀ। ਹਾਂਜੀ, ਤਿਸ ਕੋ ਬੁਰਾ ਚਿਤ ਹੈ ਜੇ ਮੂਰ। ਇਹ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਬਚਨ ਹੈ, ਧਰਮਸ਼ਾਲਾ ਦਾ, ਗੁਰੂ ਘਰ ਦਾ, ਜੇ ਕੋਈ ਮੂਰਖ ਬੁਰਾ ਸੋਚੇ ਵੀ ਇੱਥੇ ਇੰਜ ਹੋ ਜੇ, ਗੁਰੂ ਘਰ ਸੁੱਟ ਦੇਣਾ, ਇੰਜ ਕਰਨਾ, ਇੰਜ ਕਰਨਾ। ਹਾਂਜੀ, ਆਪਣੋ ਬੇਗ ਉਖਰ ਹੈ ਮੂਰ। ਹਜ਼ੂਰ ਗੁਰੂ ਹਰਗੋਬਿੰਦ ਸਾਹਿਬ ਕਹਿੰਦੇ, ਭਾਈ ਲੰਗਾਹ ਜੀ ਸਮਝੋ ਵੀ ਆਪਣੀਆਂ ਜੜ੍ਹਾਂ ਹੀ ਪੁੱਟ ਰਿਹਾ ਹੈ, ਉਹਦੀਆਂ ਜੜ੍ਹਾਂ ਪੁੱਟੀਆਂ ਜਾਣਗੀਆਂ ਧਰਤੀ ਤੋਂ। ਸੰਗਤ ਜੀ, ਜਿਨ੍ਹਾਂ ਜਿਨ੍ਹਾਂ ਨੇ ਗੁਰੂ ਘਰ ਦੇ ਉੱਤੇ ਹਮਲੇ ਕੀਤੇ ਆ, ਪਹਿਲਾ ਇਤਿਹਾਸ ਪੜ੍ਹ ਲਓ, ਉਹਨਾਂ ਦੀਆਂ ਜੜ੍ਹਾਂ ਪੁੱਟੀਆਂ ਗਈਆਂ ਜੀ। ਔਰੰਗਜ਼ੇਬ ਨੇ ਬੜੇ ਹਮਲੇ ਕੀਤੇ ਅਤੇ ਪਿੱਛੇ ਦੇ ਕਈ ਸਾਲ ਹੋ ਗਏ ਆ, ਉਹਦੇ ਪਰਿਵਾਰ ਦੇ ਜੀਆਂ ਨੇ ਆ ਕੇ ਅਕਾਲ ਤਖ਼ਤ ਸਾਹਿਬ ਮਾਫ਼ੀ ਮੰਗੀ ਜੀ। ਹਾਂਜੀ, ਉਹਦੇ ਪਰਿਵਾਰ ਦੀ ਇੱਕ ਜੀ ਬੀਬੀ, ਉਹ ਕਹਿਣ ਲੱਗੀ ਵੀ ਮੈਂ ਚਾਹ ਵਾਲੀ ਰੇਹੜੀ 'ਤੇ ਗਲਾਸੀਆਂ ਮਾਂਜ ਕੇ ਗੁਜ਼ਾਰਾ ਕਰਦੀ ਹਾਂ ਆਪਣਾ ਜੀ। ਹਾਂਜੀ, ਜੜ੍ਹਾਂ ਪੁੱਟੀਆਂ ਗਈਆਂ ਕਿ ਨਹੀਂ ਜੀ? ਕਿੱਥੇ ਰਾਜੇ ਸੀਗੇ ਜੀ, ਕਿੱਥੇ ਕੱਖ ਵੀ ਨਹੀਂ ਰਿਹਾ ਜੀ। ਇਹ ਸਤਿਗੁਰੂ ਜੀ ਦਾ ਬਚਨ। ਮਹਾਰਾਜ ਕਹਿੰਦੇ, ਉਸ ਬੰਦੇ ਦੀਆਂ ਜੜ੍ਹਾਂ ਪੁੱਟੀਆਂ ਜਾਂਦੀਆਂ,
ਜਿਹੜਾ ਗੁਰੂ ਘਰ ਨਾਲ ਵੈਰ ਕਮਾਉਂਦਾ ਹੈ। ਸਤਿਗੁਰ ਧਰਮਸਾਲ ਨਿਤ ਥਿਰੀ, ਗੁਰੂ ਘਰ ਜਿਹੜਾ ਧਰਮਸ਼ਾਲਾ ਜਿਹੜੀ ਉਹ ਤਾਂ ਸਦਾ ਟਿਕੀ ਰਹਿਣੀ ਹੈ ਜੀ। ਹਾਂਜੀ, ਅਵਚਲ ਨੀਵ ਪਰਮੇਸ਼ੁਰ ਕਰੀ, ਕਿਉਂ ਉਹਦੀ ਨੀਵ ਪਰਮੇਸ਼ੁਰ ਨੇ ਰੱਖੀ ਹੈ। ਪਰਮੇਸ਼ੁਰ ਜੀ ਵਿੱਚ ਵਰਤੇ ਹੈ ਤਾਂ ਨਹੀਂ ਰੱਖੀ ਹੈ। ਕਾਜੀ ਤਾਂ ਦਰਬਾਰ ਸਾਹਿਬ ਢਾਉਣ ਦਾ ਵੀ ਹੁਰਨਾ ਬਣਾਉਂਦਾ ਹੁੰਦਾ ਸੀਗਾ ਜੀ, ਵੀ ਹਰਿਮੰਦਰ ਸਾਹਿਬ ਵੀ ਢਾ ਦੇਣਾ ਜੀ, ਉੱਥੇ ਵੀ ਮਸੀਤ ਬਣਾਉਣੀ ਹੈ। ਪਰ ਆਪਣੀਆਂ ਜੜ੍ਹਾਂ ਪੁੱਟੀਆਂ ਗਈਆਂ ਜੀ। ਹਾਂਜੀ, ਇਮ ਕਹਿ ਸੁਣ ਕੇ ਸਿੱਖ ਲੰਗਾਹਾ, ਇਹ ਕਹਿ ਸੁਣ ਕੇ ਭਾਈ ਲੰਗਾਹ ਜੀ, ਸਤਿਗੁਰ ਕਹਿਓ ਅਬ ਹੈ ਤੂੰ ਜਹਾ। ਮਹਾਰਾਜ ਗੁਰੂ ਹਰਗੋਬਿੰਦ ਸਾਹਿਬ ਨੂੰ ਕਹਿੰਦੇ ਭਾਈ ਲੰਗਾਹ ਜੀ, ਤੁਸੀਂ ਜਾਓ, ਤੁਹਾਡੀ ਉਸ ਜਗ੍ਹਾ ਸੇਵਾ ਲਾਈ ਹੈ, ਤੁਸੀਂ ਸੇਵਾ ਕਰੋ। ਅੰਤਰ ਬਾਹਰ ਸੇਵਾ ਸਾਰੀ, ਤੁਸੀਂ ਗੁਰੂ ਅਰਜਨ ਦੇਵ ਜੀ ਦੇ ਅਸਥਾਨ ਤੇ ਸੇਵਾ ਕਰਨੀ ਹੈ, ਜੋਤ ਬਾਲਣੀ ਹੈ, ਉੱਥੋਂ ਦੀ ਸੇਵਾ ਕਰਨੀ ਹੈ, ਆਏ ਸਿੱਖਾਂ ਨੂੰ ਪ੍ਰਸ਼ਾਦਾ ਛਕਾਉਣਾ ਉੱਥੇ। ਹਾਂਜੀ, ਆਮਦ ਖਰਚਨ ਲਿਹੋ ਸੰਭਾਰੀ, ਜੋ ਆਮਦਨ ਹੁੰਦੀ ਹੈ, ਜੋ ਖਰਚਾ ਹੁੰਦਾ, ਉਹ ਸਾਰਾ ਤੁਹਾਡਾ ਹੀ ਹੈ। ਕਹਿਣ ਲੱਗੇ ਪਰ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਅਸਥਾਨ ਦੀ ਸੇਵਾ ਕਰਨੀ ਤੁਸੀਂ ਜੀ। ਹਾਂਜੀ, ਧਰਮਸਾਲ ਮਹਿ ਜੇਤਿਕ ਸੰਗਤ, ਦੇਹੋ ਆਹਾਰ ਸਭ ਹਿਨ ਕਰ ਪੰਗਤ, ਲੰਗਰ ਗੁਰੂ ਘਰ ਦੀ ਵਿਸ਼ੇਸ਼ਤਾ ਹੈ। ਮਹਾਰਾਜ ਕਹਿੰਦੇ ਧਰਮਸ਼ਾਲਾ ਵਿੱਚ ਜਿੰਨੀ ਸੰਗਤ ਆਉਂਦੀ ਹੈ, ਲੰਗਰ ਤੋਂ ਬਗੈਰ ਕੋਈ ਨਾ ਜਾਵੇ, ਲੰਗਰ ਛਕਾਉਣਾ ਉਹਨਾਂ ਨੂੰ। ਹਾਂਜੀ, ਦੇਗ ਚਲਾਵਤ ਰਹੀ ਅਤ ਨੀਤ, ਸੇਵੋ ਭਲੇ ਰਿਦੇ ਕਰ ਪ੍ਰੀਤ, ਸੇਵਾ ਕਰਿਓ, ਲੰਗਰ ਚਲਾਇਓ, ਕਿਸੇ ਗੱਲ ਦੀ ਕਮੀ ਨਹੀਂ ਆਏਗੀ। ਗੁਰੂ ਅਰਜਨ ਦੇਵ ਜੀ ਦਾ ਅਸਥਾਨ ਹੈ, ਮਹਾਰਾਜ ਆਪੇ ਹੀ ਸਹਾਈ ਹੋਣਗੇ ਜੀ। ਹਾਂਜੀ, ਇਮ ਸਤਿਗੁਰ ਕੀ ਆਇਸ ਪਾਏ, ਚਰਨ ਕਮਲ ਪਰ ਸੀਸ ਨਿਵਾਏ, ਬ੍ਰਹਮ ਗਿਆਨੀ ਗੁਰੂ ਕੇ ਸਿੱਖ ਭਾਈ ਸਾਹਿਬ ਭਾਈ ਲੰਗਾਹ ਜੀ ਨੇ ਮਹਾਰਾਜ ਜੀ ਦਾ ਬਚਨ ਸੁਣਿਆ, ਸਤਿਗੁਰੂ ਜੀ ਦੇ ਚਰਨਾਂ ਤੇ ਸਿਰ ਰੱਖਿਆ ਜੀ, ਤੇ ਫਿਰ ਆਗਿਆ ਲੈ ਕੇ ਚਲੇ ਗਏ। ਲਵਪੁਰ ਕੇ ਮਾਰਗ ਚੱਲ ਗਏ, ਲਾਹੌਰ ਨੂੰ ਚਲੇ ਗਏ। ਚੇਤਾ ਰੱਖਿਓ, ਸੰਗਤ ਜੀ ਬਚਨ ਕਮਾਉਣਾ ਸਿੱਖੀ ਹੈ। ਭਾਈ ਲੰਗਾਹ ਜੀ ਦਾ ਜੀ ਬੜਾ ਕਰਦਾ ਵੀ ਮੈਂ ਵੀ ਸਿੱਖਾਂ ਦੇ ਨਾਲ ਲਵਾਂ, ਮੈਂ ਵੀ ਗੁਰੂ ਹਰਗੋਬਿੰਦ ਸਾਹਿਬ ਦੇ ਦਰਸ਼ਨ ਕਰਾਂ। ਵੇਖੋ ਨਾ ਜੀ, ਉੱਥੇ ਵਿਆਹ ਦੀਆਂ ਖੁਸ਼ੀਆਂ ਮਨਾਈਆਂ ਜਾ ਰਹੀਆਂ ਜੀ। ਹਾਂਜੀ, ਭਾਈ ਲੰਗਾਹ ਜੀ ਦਾ ਜੀ ਤੇ ਬੜਾ ਕਰਦਾ ਮੈਂ ਰਵਾਂ, ਪਰ ਭਾਈ ਲੰਗਾਹ ਜੀ ਨੂੰ ਬਚਨ ਹੈਗਾ ਵੀ ਤੁਸੀਂ ਲਾਹੌਰ ਜਾਓ ਜੀ। ਤੇ ਜਿਹਨੇ ਬਚਨ ਕਮਾ ਲਿਆ ਉਹਨੇ ਸਿੱਖੀ ਕਮਾ ਲਈ ਜੀ। ਹਾਂਜੀ, ਲਵਪੁਰ ਕੇ ਮਾਰਗ ਚੱਲ ਗਏ, ਫਿਰ ਉਹ ਲਾਹੌਰ ਦੇ ਰਸਤੇ ਨੂੰ ਤੁਰ ਪਏ ਜੀ। ਦਰਸ਼ਨ ਤੇ ਹਰਖਤ ਚਿੱਤ ਭਇਓ, ਮਹਾਰਾਜ ਜੀ ਦੇ ਦਰਸ਼ਨ ਕਰਕੇ ਲੰਮੇ ਸਮੇਂ ਬਾਅਦ ਭਾਈ ਲੰਗਾਹ ਜੀ ਨੇ ਦਰਸ਼ਨ ਕੀਤੇ, ਆਪਣੇ ਸਤਿਗੁਰੂ ਜੀ ਦੇ ਦਰਸ਼ਨ ਕਰਕੇ ਭਾਈ ਲੰਗਾਹ ਜੀ ਦਾ ਮਨ ਬਹੁਤਾ ਹੀ ਖੁਸ਼ ਹੋਇਆ ਜੀ, ਬਹੁਤ ਖੁਸ਼ ਹੋਇਆ ਮਨ ਜੀ। ਹਾਂਜੀ, ਦੁਆਰਾ ਤਨੀਆਂ ਨੇਹ ਅਰੁਝਾ, ਹਾਥ ਜੋਰ ਸਤਿਗੁਰ ਸੋਂ ਬੁਝਾ। ਹੁਣ ਉੱਥੋਂ ਮਹਾਰਾਜ ਨੇ ਭਾਈ ਦੁਆਰਾ ਜੀ ਨੂੰ ਵੀ ਰੁਖਸਤ ਕਰਨਾ ਜੀ, ਉਹ ਛੱਡਣ ਵਾਸਤੇ ਆਏ ਸੀ, ਮਗਰ ਮਗਰ ਡੋਲੀ ਨਾ ਜੀ, ਆਪਣੀ ਧੀ ਦੇ ਪਿਆਰ 'ਚ, ਮਾਤਾ ਮਰਵਾਹੀ ਜੀ ਦੇ ਪਿਆਰ 'ਚ ਭਿੱਜੇ ਪਏ ਜੀ। ਭਾਈ ਦੁਆਰਾ ਜੀ ਨੇ ਸਾਧ ਸੰਗਤ ਜੀ ਹੱਥ ਜੋੜ ਕੇ ਧੰਨ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਨੂੰ ਬੇਨਤੀ ਕੀਤੀ ਜੀ। ਹਾਂਜੀ, ਕਬ ਦਰਸ਼ਨ ਮੈਂ ਲਿਹੋਂ ਤੁਮਹਾਰਾ, ਹੇ ਸੱਚੇ ਪਾਤਸ਼ਾਹ ਮੈਨੂੰ ਹੁਕਮ ਕਰੋ ਮੈਂ ਕਦੋਂ ਦਰਸ਼ਨ ਕਰਨ ਵਾਸਤੇ ਆਵਾਂ। ਹਾਂਜੀ, ਬੜ ਕਿਰਪਾਲ ਮੁਝ ਪਤਿਤ ਉਧਾਰਾ, ਤੁਸੀਂ ਮੇਰੇ ਤੇ ਬੜੀ ਕਿਰਪਾ ਕੀਤੀ, ਮੈਂ ਪਤਿਤ ਹਾਂ। ਭਾਈ ਦੁਆਰਾ ਜੀ ਕਹਿੰਦੇ, ਪਤਿਤ ਪਤਾ ਕਿਹਨੂੰ ਕਹਿੰਦੇ ਜੀ, ਜਿਹੜਾ ਮਨ ਕਰਕੇ ਵੀ ਮਾੜਾ ਕੰਮ ਕਰਦਾ ਹੋਵੇ, ਤਨ ਕਰਕੇ ਵੀ ਮਾੜਾ ਕੰਮ ਕਰਦਾ ਹੋਵੇ, ਤੇ ਮੁੱਖ ਕਰਕੇ ਗੱਲਾਂ ਕਰਕੇ ਵੀ ਮਾੜਾ ਹੀ ਕੰਮ ਕਰਦਾ ਹੋਵੇ ਜੀ, ਉਹਨੂੰ ਕਹਿੰਦੇ ਪਤਿਤ ਜੀ। ਭਾਈ ਦੁਆਰਾ ਜੀ ਨਿਮਰਤਾ 'ਚ ਆ ਗਏ, ਗੁਰੂ ਹਰਗੋਬਿੰਦ ਸਾਹਿਬ ਨੂੰ ਬੇਨਤੀ ਕੀਤੀ, ਸੱਚੇ ਪਾਤਸ਼ਾਹ ਮਹਾਰਾਜ ਮੈਂ ਪਤਿਤ ਹਾਂ, ਪਤਿਤ ਵੱਡ ਕਿਰਪਾਲ ਮੁਝ ਪਤਿਤ, ਤੁਸੀਂ ਕਿਰਪਾਲੂ 'ਚ ਮਹਾਰਾਜ, ਮੇਰਾ ਭਲਾ ਕੀਤਾ, ਮੇਰਾ ਫੁਰਨਾ ਮੰਨ ਕੇ ਮੇਰੀ ਬੱਚੀ ਦੇ ਨਾਲ ਵਿਆਹ ਕੀਤਾ ਆਪ ਜੀ ਨੇ ਜੀ। ਹਾਂਜੀ, ਦਰਸ਼ਨ ਕੀ ਦੀਰਘ ਜਿਸ ਪਿਆਸ, ਹੁਣ ਮੇਰੇ ਅੰਦਰ ਦਰਸ਼ਨਾਂ ਦੀ ਪਿਆਸ ਰਹਿਣੀ ਹੈ ਵੀ ਛੇਤੀ ਛੇਤੀ ਤੁਹਾਡੇ ਦਰਸ਼ਨ ਕਰਿਆ ਕਰਾਂ। ਅੰਤਰ ਜਾਮੀ ਬਾਕ ਪ੍ਰਕਾਸ਼, ਤੇ ਮਹਾਰਾਜ ਕਿਰਪਾ ਕਰੋ ਕਦੋਂ ਦਰਸ਼ਨ ਕਰਨ ਆਇਆ ਕਰਾਂ।
संगत जी पाकिस्तान च सन भाई द्वारा जी का सारा तो महाराज अमृतसर ने जी रस्ता भी काफ़ी है जी। हाँ जी ब्रिश सिंसपा खरो जे एहे गज के आखो वाहेगुरु वाहेगुरु। सिंसपा कहिंदे टाली नूं जी। महाराज कहिंदे भाई द्वारा जी आ जिहड़ी टाली सामने खलोती है ना बड़ा वड्डा रुख खलोता सी टाली दा। हाँ जी इस पेख हम दर्शन फल ले हो एदे दर्शन कर लिया करो समझो साडे ही दर्शन हो गए है। कमाल दी गल जी वेखो उस टाली हेठा महाराज बैठे सीगे। महाराज कहिंदे इस टाली दे दर्शन कर लिया करो साडे दर्शनां दा फल मिल जाएगा जी। चेता रखियो गल तां बचन दी आ ओहो गल बचन कमाउण दी जी। हाँ जी कई कहणगे जी इह तां बाणी दी गल ही नहीं हैगी जी इह तां सिधांत नहीं। नहीं इह वी सिधांत है। गुरु जी ने जिथे बचन करता बस ओह थां पूजनीक होगी जी। महाराज कहिंदे इस टाली दे दर्शन करिया करो टाली दे दर्शन साडे दर्शन ही ने जी। गुरु हरकिशन साहब महाराज जी ने निशान साहब लाया ही पंजोखरा साहब। हुण वी तुसीं पंजोखरा साहब दरबार विच जाओ ते साध संगत जी दरबार हाल दे विच निशान साहब लगा जी। महाराज ने गुरसिखां नूं कहा सी जिहड़ा साडे दर्शन करना चाहुंदा है वह इस निशान साहब के दर्शन कर ले साडे दर्शनां दा ही फल मिलेगा जी। साडे दर्शनां दा ही फल मिलेगा जी। उस टाली दे उत्ते गुरु हरगोबिंद साहब ने बचन करता। टाली तो फिर साध संगत जी संजीव है। गुरु हरगोबिंद साहब पत्थर बारे कह देना भी आप पत्थर के दर्शन करो मेरे दर्शनों का फल मिलेगा पत्थर के ही दर्शन कर लो क्यों गल तो बचन की है। सतगुर बचन तुम्हारे सतगुर बचन तुम्हारे गुरु जी दे बचन सतगुर बचन तुम्हारे सतगुर बचन तुम्हारे निर्गुण निस्तारे निर्गुण निस्तारे निर्गुण निस्तारे निर्गुण निस्तारे। सो महाराज ने बचन कर दिता सच्चे पातशाह जी ने। दर्शन करेगा तिस नरको होए पुन बडेरे ओदे पुन वध हो जाणगे जी ओरे पुन्ना च वाधा हो जाएगा वडेरे पुन। हां जी होए है इसको नाम चौटाला एदा नाम चौटाला करके प्रसिद्ध होवेगा चौटाला। हाँ जी बिदत विशाल रहे चिरकाला बड़ा लम्मा समा ए टाली दा रुख रहेगा ते बड़ा वड्डा रुख होएगा कहण दे के चौटाला इनू आख्या जाएगा जी। हाँ जी सतगुर ससुर जान थल बड़े हाँ जी सनमान्यो बहुत ही छड़े सच्चे पातशाह गरीब नवाज जी ने फिर अपने ससुर बाबा द्वारा जी नू उत्थों ही किया हुण तुसीं इत्थों अपने पिंड वापस चले जाओ। हाँ जी भागन सास करी कर खरी कर जोर माता भागन जी सतगुरु जी दे सास माता जी हाथ जोड़ के खलोते सन कर बंदन गुर तिसकी ओर ते सास संगत जी उत्थे फिर माता जी ने नमस्कार कीती गुरु साहब ने उन्हां नूं कीती ते तोर दिता जी। गल बचन दी ते जिन्हां जिन्हां रुखां नूं महाराज ने इहो जे बचन दिते अज तक लोकां दा भला करन दे जी। गुरुसर महाराज जाओ बठिंडे वाल मालवे बड़ी वड्डी बेरी है जी उत्थे बहुत वड्डी बेरी है जी। कई ने तड़ागियां बन्नियां जी ओरे नाल कई ने कलीरे बन्ने है जी किसी ने कुछ बन्नया किसी ने कुछ बन्नया जी पता कीता भी की गल इस बेरी नाल इन्ना कुछ बन्नया। उतों के प्रबंधकों ने दसिया कहिंदे ज्ञानी जी इत्थे गुरु हरगोबिंद साहब सच्चे पातशाह ने घोड़ा बन्नया सी अपना जी। ते मैं कहा जी ठीक है कहिंदे इस बेरी दे एडा वड्डा प्रताप च इन्ना वड्डा प्रताप च हाथ जोड़ के जिहड़ी भी मंग इत्थों मंगोगे वह पूरी होएगी होएगी जी होएगी जी। महाराज जी दी मेहर है जी कृपा वरतदी है। हाँ जी
ਕਰਿਓ ਪਿਆਨ ਲੀਏ ਸਭ ਸੰਗ। ਉੱਥੋਂ ਫਿਰ ਗੁਰੂ ਸਾਹਿਬ ਅੱਗੇ ਨੂੰ ਵੱਧ ਗਏ ਜੀ, ਤੇ ਸਤਿਗੁਰੂ ਜੀ ਦਾ ਸਹੁਰਾ ਪਰਿਵਾਰ ਪਿੱਛੇ ਨੂੰ ਤੁਰ ਪਿਆ ਜੀ। ਹਾਂਜੀ, ਹੇਰੇ ਐਰਾਵਤੀ ਤਰੰਗ, ਅੱਗੇ ਜਾ ਕੇ ਸਾਧ ਸੰਗਤ ਜੀ ਫਿਰ ਰਾਵੀ ਦਰਿਆ ਆਇਆ। ਇਹ ਸਾਰਾ ਪ੍ਰਸੰਗ ਪਾਕਿਸਤਾਨ ਦਾ ਹੀ ਹੈ ਜੀ, ਉਸ ਇਲਾਕੇ 'ਚ ਹੀ ਨੇ ਮਹਾਰਾਜ। ਹਾਂਜੀ, ਤਰਨੀ ਤੇ ਤਰ ਕਰ ਪਰ ਤੀਰ, ਬੇੜੀਆਂ 'ਚ ਬੈਠ ਕੇ ਬਰਾਤ ਨੇ, ਗੁਰਸਿੱਖਾਂ ਨੇ, ਸਤਿਗੁਰੂ ਜੀ ਨੇ ਫਿਰ ਉਹ ਐਰਾਵਤੀ ਦਰਿਆ ਭਾਵ ਰਾਵੀ ਦਰਿਆ ਪਾਰ ਕੀਤਾ ਜੀ। ਡੇਰਾ ਕੀਨਸ ਗੁਨੀ ਗਹੀਰ, ਇੱਕ ਪਾਸੇ ਅੱਗੇ ਜਾ ਕੇ ਸੱਚੇ ਪਾਤਸ਼ਾਹ ਨੇ ਆਸਣ ਲਾ ਲਿਆ ਜੀ। ਸਾਰੀ ਸਾਰਾ ਦਿਨ ਹੀ ਲੱਗ ਜਾਂਦਾ ਹੁੰਦਾ ਸੀਗਾ ਦਰਿਆ ਪਾਰ ਕਰਨ ਲਈ। ਦਰਿਆ ਵੀ ਬੜੇ ਚੌੜੇ ਹੁੰਦੇ ਸੀਗੇ, ਬੇੜੀਆਂ ਘੱਟ ਹੁੰਦੀਆਂ ਸੀਗੀਆਂ, ਅਤੇ ਕਿੰਨੀਆਂ ਸੰਗਤਾਂ ਨੇ ਪਾਰ ਕਰਨੀਆਂ ਹੁੰਦੀਆਂ ਸੀ ਬੇੜੀਆਂ। ਵਾਹਿਗੁਰੂ ਦਰਿਆ ਮਹਾਰਾਜ ਨੇ ਆਪ ਦਰਿਆ ਪਾਰ ਕਰਕੇ ਉੱਥੇ ਹੀ ਡੇਰਾ ਲਾ ਲਿਆ ਜੀ। ਹਾਂਜੀ, ਤਿਸ ਥਲ ਸ਼੍ਰੀ ਨਾਨਕ ਕੀ ਬੇਰੀ, ਜਿਸ ਜਗ੍ਹਾ ਮਹਾਰਾਜ ਨੇ ਆਸਣ ਲਾਇਆ ਨਾ ਜੀ, ਉੱਥੇ ਇੱਕ ਬੇਰੀ ਸੀ ਅਤੇ ਗੁਰੂ ਨਾਨਕ ਸਾਹਿਬ ਉੱਥੇ ਬੈਠੇ ਸੀਗੇ ਪਹਿਲਾਂ ਦੀ। ਕਮਾਲ ਦੀ ਗੱਲ ਹੈ, ਗੁਰੂ ਨੂੰ ਹੀ ਪਤਾ ਨਾ ਇਹ ਪਹਿਲਾਂ ਪਹਿਲੇ ਜਾਮੇ 'ਚ ਕਿੱਥੇ ਬੈਠੇ ਹਾਂ ਜੀ, ਗੁਰੂ ਹਰਗੋਬਿੰਦ ਸਾਹਿਬ ਉੱਥੇ ਹੀ ਪਹੁੰਚ ਗਏ ਜੀ। ਹਾਂਜੀ, ਬੰਧਨ ਠਾਨ ਭਾਉ ਕਰ ਹੇਰੀ, ਪਰ ਵੇਖੋ ਕਮਾਲ ਦੀ ਗੱਲ ਇਹ ਹੈ, ਗੁਰੂ ਹਰਗੋਬਿੰਦ ਸਾਹਿਬ ਨੇ ਉਸ ਬੇਰੀ ਦੇ ਹੇਠਾਂ ਆਪਣਾ ਆਸਣ ਨਹੀਂ ਲਾਇਆ ਜੀ। ਮਹਾਰਾਜ ਜਦੋਂ ਪਹੁੰਚੇ ਤੇ ਉਸ ਬੇਰੀ ਨੂੰ ਮੱਥਾ ਟੇਕਿਆ ਸੱਚੇ ਪਾਤਸ਼ਾਹ ਨੇ ਜੀ। ਕਈ ਕਹਿੰਦੇ ਜੀ ਰੁੱਖਾਂ ਨੂੰ ਕਿਉਂ ਮੱਥਾ ਟੇਕਦੇ, ਉਹ ਸਿੰਘ ਸਾਹਿਬ ਗਿਆਨੀ ਜਸਵੰਤ ਸਿੰਘ ਗੱਲ 'ਤੇ ਸਿੱਧੀ ਕਰਦੇ, ਪੱਧਰੀ ਜੀ ਸਿੱਧੀ ਜੀ। ਹਾਂਜੀ, ਉਹ ਬਾਬਾ ਬੁੱਢਾ ਜੀ ਦੀ ਬੇਰ ਨੂੰ ਮੱਥਾ ਟੇਕਿਆ ਜੀ ਉਹਨਾਂ ਨੇ, ਅਤੇ ਇੱਕ ਤਰਕੀ ਜਿਹਾ ਬੰਦਾ ਉਹ ਕਹਿਣ ਲੱਗਾ ਗਿਆਨੀ ਜੀ ਤੁਸੀਂ ਕਿਉਂ ਮੱਥਾ ਟੇਕਿਆ, ਇਹ ਬਾਬਾ ਬੁੱਢਾ ਜੀ ਦੀ ਬੇਰ ਹੀ ਹੈ ਅਤੇ ਸਿੱਖ ਤੇ ਰੁੱਖ ਨੂੰ ਮੱਥਾ ਹੀ ਨਹੀਂ ਟੇਕਦਾ। ਉਹ ਕਹਿੰਦੇ ਡਾਂਗ ਫੜ ਤੇ ਮੇਰੇ ਸਿਰ 'ਚ ਮਾਰ ਕੇ ਮੇਰਾ ਸਿਰ ਪਾੜ ਦੇ, ਕਹਿੰਦੇ ਗਲਤੀ ਕੀਤੀ ਮੈਂ, ਕਹਿੰਦੇ ਕਹਿੰਦੇ ਮੈਂ ਬੇਰੀ ਨੂੰ ਨਹੀਂ, ਮੈਂ ਬਾਬਾ ਬੁੱਢਾ ਜੀ ਦੀ ਕਰਨੀ ਨੂੰ ਮੱਥਾ ਟੇਕਿਆ। ਧੰਨ ਬਾਬਾ ਬੁੱਢਾ ਜੀ, ਧੰਨ ਤੁਹਾਡੀ ਕਰਨੀ, ਜਿਸ ਬੇਰੀ ਹੇਠਾਂ ਬੈਠੇ ਉਸ ਬੇਰੀ ਦੀ ਵੀ ਪੂਜਾ ਹੁੰਦੀ ਹੈ ਜੀ। ਕਹਿੰਦੇ ਡਾਂਗ ਫੜ ਤੇ ਮੇਰੇ ਸਿਰ 'ਚ ਮਾਰ ਕੇ ਮੇਰਾ ਸਿਰ ਪਾੜ, ਕਹਿੰਦੇ ਮੈਨੂੰ ਸੁਝਾਅ ਮਿਲਣੀ ਚਾਹੀਦੀ ਹੈ। ਇਹੋ ਜਿਹੇ ਬੰਦੇ ਇੱਦਾਂ ਹੀ ਸੁੱਤਰ ਹੁੰਦੇ ਜੀ। ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਬੇਰੀ ਦੇ ਹੇਠਾਂ ਬੈਠੇ ਜੀ, ਗੁਰੂ ਹਰਗੋਬਿੰਦ ਸਾਹਿਬ ਉਸ ਬੇਰੀ ਨੂੰ ਮੱਥਾ ਟੇਕਣ ਦੇ ਨੇ ਜੀ। ਜਿੱਥੇ ਜਾਏ ਬਹੇ ਮੇਰਾ ਸਤਿਗੁਰੂ, ਸੋ ਥਾਨ ਸੁਹਾਵਾ ਰਾਮ ਰਾਜੇ। ਹਾਂਜੀ, ਸੁਧ ਹਿਤ ਸਿੱਖ ਸੁਧਾਸਰ ਨਗਰੀ, ਇੱਕ ਸਿੱਖ ਨੂੰ ਫਿਰ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਖਬਰ ਦੇਣ ਵਾਸਤੇ ਅੰਮ੍ਰਿਤਸਰ ਭੇਜਿਆ ਜੀ। ਹਾਂਜੀ, ਪਠੇ ਸ਼ੀਘਰ ਹੀ ਭਾਖੀ ਸਗਰੀ, ਉਹ ਫਿਰ ਛੇਤੀ ਦੇ ਨਾਲ ਗਿਆ ਤੇ ਜਾ ਕੇ ਮਾਤਾ ਗੰਗਾ ਜੀ ਨੂੰ ਸਾਰੀ ਗੱਲ ਸੁਣਾਈ ਹੈ। ਸੁਨਤ ਮਾਤ ਗੰਗਾ ਹਰ ਖਾਈ, ਮਾਤਾ ਜੀ ਬਹੁਤ ਵਧਾਈ ਹੋਵੇ, ਗੁਰੂ ਹਰਗੋਬਿੰਦ ਸਾਹਿਬ ਵਿਆਹ ਕਰਾ ਕੇ ਆ ਰਹੇ ਨੇ। ਮਾਤਾ ਜੀ ਨੂੰ ਸੁਣ ਕੇ ਬੜਾ ਹੀ ਚਾਅ ਚੜਿਆ ਜੀ। ਹਾਂਜੀ, ਆਵਹਿ ਅਬਲਾ ਦੇਤ ਵਧਾਈ, ਇਸਤਰੀਆਂ ਬੀਬੀਆਂ ਹੁੰਦੀਆਂ ਨੇ ਉਹ ਫਿਰ ਮਾਤਾ ਜੀ ਨੂੰ ਵਧਾਈ ਦਿੰਦੀਆਂ ਨੇ ਜੀ। ਨੌਬਤ ਲੱਗੀ ਬਜਨ ਮੁੱਧ ਦੈਨੀ, ਤੇ ਨੌਬਤ ਵੱਜ ਰਹੀ ਜੀ। ਨੌਬਤ ਬੜੀ ਖੁਸ਼ੀ ਵਾਲਾ ਮਾਹੌਲ ਬਣ ਜਾਂਦਾ ਜਦੋਂ ਨੌਬਤ ਵੱਜਦੀ ਜੀ। ਨੌਬਤ ਕੀ ਹੁੰਦੀ ਭਲਾ? ਉਹ ਸਾਜ ਹੁੰਦਾ ਜੀ ਇੱਕ ਜੀ, ਜਦੋਂ ਤੁਸੀਂ ਹਜ਼ੂਰ ਸਾਹਿਬ ਜਾਓ ਨਾ ਜੀ, ਅਤੇ ਸ਼ਾਮ ਨੂੰ ਰਹਿਰਾ ਸਾਹਿਬ ਤੋਂ ਬਾਅਦ ਉਹ ਬਾਹਰ ਭਾਈ ਬੈਠੇ ਹੁੰਦੇ ਨਾ ਵਜਾਉਣ ਵਾਲੇ, ਉਹਨੂੰ ਨੌਬਤ ਕਹਿੰਦੇ ਜੀ। ਉਹ ਤਖਤਾਂ 'ਤੇ ਵੱਜਦੀ ਹੈ ਜੀ, ਗੁਰੂ ਘਰਾਂ 'ਚ ਵੱਜਦੀ ਹੈ, ਖੁਸ਼ੀ ਵਾਲੀ ਥਾਂ 'ਤੇ ਵੱਜਦੀ ਹੈ ਉਹ ਨੌਬਤ। ਫਿਰ ਅੰਮ੍ਰਿਤਸਰ ਗੁਰੂ ਕੇ ਮਹਿਲ 'ਚ ਵੱਜਣ ਲੱਗ ਪਈ ਜੀ। ਹਾਂਜੀ, ਮਿਲੀ ਬ੍ਰਿੰਦ ਨਾਗਰ ਪਿਕ ਬੈਨੀ, ਅਤੇ ਹੋਰ ਬੀਬੀਆਂ ਆ ਕੇ ਖੁਸ਼ੀ ਦੇ ਗੀਤ ਗਾਉਣ ਲੱਗ ਪਈਆਂ ਜੀ। ਹਾਂਜੀ, ਗਾਏ ਮਧੁਰ ਸੁਰ ਗੀਤ ਕਨੇਰੇ, ਐ ਖੁਸ਼ੀ ਵਿੱਚ ਗੀਤ ਗਾਉਣ, ਵੀ ਸੱਚੇ ਪਾਤਸ਼ਾਹ ਦਾ ਤਾਂ ਪਤਾ ਹੀ ਨਹੀਂ ਲੱਗਾ ਮਾਰਾ ਵਿਆਹ ਵੀ ਕਰਾਏ। ਹਾਂਜੀ, ਮੰਗਤ ਜਨ ਦੈ ਦਾਨ ਵਡੇਰੇ, ਤੇ ਮਾਤਾ ਗੰਗਾ ਜੀ ਮੌਕਾ ਨਹੀਂ ਖਜਾਉਂਦੇ ਜੀ। ਮਾਤਾ ਜੀ ਬੜੇ ਸਿਆਣੇ ਨੇ ਸਤਸੰਗ ਜੀ, ਮੰਗਣ ਵਾਲੇ ਆਉਂਦੇ ਤੇ ਮਾਤਾ ਜੀ ਦਾਨ ਦਿੰਦੇ ਹੈ। ਸੰਗਤ ਜੀ ਕਿਸੇ ਨੂੰ ਖਾਲੀ ਨਾ ਮੋੜੋ, ਭਾਵੇਂ ਰੁਪਈਆ ਹੀ ਦੇ ਦਿਓ ਜੀ, ਅਸੀਸ ਹੀ ਮਿਲੇਗੀ ਜੀ। ਕਈ ਨਹੀਂ ਵੀ ਮੰਗਦੇ, ਵੇਖੋ ਇਹ ਇਹਦੀ ਹਾਲਤ ਤਰਸਯੋਗ ਹੈ, ਉਹਨੂੰ ਵੈਸੇ ਹੀ ਦੇ ਦਿਓ ਤਾਂ ਵੀ ਆਸ਼ੀਰਵਾਦ ਮਿਲੇਗਾ ਜੀ। ਅਤੇ ਹੋਰ ਸੌਖਾ ਕੰਮ ਦੱਸ ਦਿੰਦੇ ਹਾਂ, ਠੰਡ ਬੜੀ ਹੈ ਅਤੇ ਕੋਈ ਤੁਹਾਨੂੰ ਵਿਖੇ ਬਜ਼ੁਰਗ ਰੇਹੜੀ ਦੇ ਉੱਤੇ ਸਬਜ਼ੀਆਂ ਲੈ ਕੇ ਜਾਂਦੇ ਆ ਜੀ, ਆਵਾਜ਼ਾਂ ਦੇਂਦੇ ਆ, ਉਹਦਾ ਰੁਜ਼ਗਾਰ ਹੈ ਜੀ ਵਿਚਾਰੇ ਦਾ। ਹਾਂਜੀ, ਉਹਨੂੰ ਬਸ ਇੰਨਾ ਹੀ ਕਹੋ, ਬਾਪੂ ਜੀ ਚਾਹ ਬਣਾਈਏ, ਚਾਹ ਪਿਆਈਏ,
ਉਹ ਇੰਨੇ 'ਚ ਹੀ ਬਾਗੋ ਬਾਗ ਜੀ ਹਾਂਜੀ ਉਹ ਇੰਨੇ 'ਚ ਹੀ ਬੜੀਆਂ ਅਸੀਸਾਂ ਦੇ ਜਾਂਦਾ ਜੀ। ਮਾਤਾ ਜੀ ਮੌਕਾ ਨਹੀਂ ਖਜਾਉਂਦੇ ਸੀ, ਉਸੇ ਵੇਲੇ ਦਾਨ ਪੁੰਨ ਕਰਨਾ ਸ਼ੁਰੂ ਕਰ ਦਿੱਤਾ ਜੀ। ਹਾਂਜੀ ਲੇਨ ਅਗਾਉ ਕੀ ਕਰ ਤਿਆਰੀ, ਤੇ ਮਾਤਾ ਜੀ ਹੋਣਾ ਨੇ ਫਿਰ ਗੁਰਸਿੱਖਾਂ ਨੂੰ ਹੁਕਮ ਕੀਤਾ ਵੀ ਤਿਆਰੀ ਕਰੋ ਮਹਾਰਾਜ ਨੂੰ ਅੱਗ ਲਵਾਂਡੀ ਲੈਣ ਜਾਣਾ ਆਪਾਂ। ਜਿਮ ਬਰਾਤ ਕੀ ਹੋਵੇ ਸੁਧ ਸਾਰੀ, ਤੇ ਸਮਝੋ ਵੀ ਮਹਾਰਾਜ ਨੀ ਆ ਰਹੇ, ਮਹਾਰਾਜ ਦੀ ਬਰਾਤ ਹੀ ਆ ਰਹੀ ਹੈ ਵਾਪਸ ਜੀ। ਹਾਂਜੀ ਉਤ ਸਤਿਗੁਰ ਸੋ ਨਿਸਾ ਬਿਤਾਏ, ਉਧਰ ਸੱਚੇ ਪਾਤਸ਼ਾਹ ਮਹਾਰਾਜ ਨੇ ਉਧਰ ਰਾਵੀ ਪਾਰ ਕਰਕੇ ਬੇਰੀ ਦੇ ਲਾਗੇ ਰਾਤ ਬਤੀਤ ਕੀਤੀ, ਸਫਲੀ ਕੀਤੀ। ਬਾਜ ਅਰੂਢੇ ਬਾਜ ਬਜਾਏ, ਤੇ ਬਾਜ ਅਰੂਢੇ ਬਾਜ ਬਜਾਏ, ਭਾਈ ਸੰਤੋਖ ਸਿੰਘ ਕਮਾਲ ਦੇ ਕਵੀ, ਬਾਜ ਨਗਾਰੇ ਨੂੰ ਵੀ ਕਹਿੰਦੇ ਤੇ ਬਾਜ ਘੋੜੇ ਨੂੰ ਵੀ ਕਹਿੰਦੇ ਆ ਜੀ। ਘੋੜੇ ਤੇ ਚੜੇ ਮਹਾਰਾਜ ਤੇ ਫਿਰ ਨਗਾਰੇ ਵਜਾਏ ਗਏ ਜੀ। ਹਾਂਜੀ ਡੇਰਾ ਕਰੇ ਅਗਾਰੀ ਚਾਲੇ, ਹਜੂਰ ਮਹਾਰਾਜ ਅੱਗੇ ਚੱਲ ਕੇ ਫਿਰ ਡੇਰਾ ਕੀਤਾ ਜੀ। ਸੁਭੱਟ ਤੁਰੰਗ ਚੱਲੇ ਤਬ ਜਾਲੇ, ਕਿਉਂ ਸਤਿਗੁਰੂ ਜੀ ਦੇ ਨਾਲ ਫਿਰ ਫੌਜਾਂ ਵੀ ਆ ਸੰਗਤਾਂ ਵੀ ਆ, ਤੇ ਜਿੱਥੇ ਫਿਰ ਚਾਰ ਜਣੇ ਇਕੱਠੇ ਹੋ ਕੇ ਚੱਲਣਾ ਫਿਰ ਟਾਈਮ ਤੇ ਲੱਗਦਾ ਜੀ, ਉਡੀਕਣਾ ਪੈਂਦਾ ਜੀ। ਹਾਂਜੀ ਆਨੰਦਤ ਅੰਮ੍ਰਿਤਸਰ ਤੀਰ, ਬੜੇ ਆਨੰਦ ਦੇ ਨਾਲ ਖੁਸ਼ੀਆਂ ਦੇ ਨਾਲ ਹੌਲੀ ਹੌਲੀ ਕਰਦਿਆਂ ਕਰਦਿਆਂ ਸੱਚੇ ਪਾਤਸ਼ਾਹ ਅੰਮ੍ਰਿਤਸਰ ਦੇ ਨੇੜੇ ਆ ਗਏ ਜੀ। ਪਹੁੰਚੇ ਆਏ ਲੀਨੇ ਨਰ ਪੀਰ, ਆਖ ਸ੍ਰੀ ਵਾਹਿਗੁਰੂ, ਬੜੀਆਂ ਸੰਗਤਾਂ ਨਾਲ ਰਲ ਗਈਆਂ, ਫੌਜਾਂ ਨਾਲ ਰਲੀਆਂ। ਮਹਾਰਾਜ ਉਂਝ ਵੀ ਸਹਿਜ ਸੁਭਾਅ ਵੀ ਕਿਤੇ ਜਾਂਦੇ ਸੀ ਨਾ, 500 ਸਿਪਾਹੀ ਨਾਲ ਜਾਂਦਾ ਹੁੰਦਾ ਸੀਗਾ ਜੀ, ਅਤੇ ਹੁਣ ਤਾਂ ਦੂਰ ਗਏ ਸੀਗੇ। ਇਹ ਭਲਾ ਮਹਾਰਾਜ ਕਿੱਥੋਂ ਆ ਰਹੇ ਜੀ, ਇਹ ਕਸ਼ਮੀਰ 'ਚ ਮਾਤਾ ਭਾਗ ਪਰੀ ਨੂੰ ਇੱਥੇ ਚੋਲਾ ਪਾਉਣ ਲਈ ਮਹਾਰਾਜ ਗਏ ਸੀਗੇ ਜੀ ਘਰੋਂ। ਉਹ ਫਿਰ ਕਿੰਨਾ ਲੰਮਾ ਸਮਾਂ ਲੱਗਾ ਜੀ, ਲੰਮੇ ਸਮੇਂ ਬਾਅਦ ਮਹਾਰਾਜ ਅੰਮ੍ਰਿਤਸਰ ਆਏ ਜੀ। ਹਾਂਜੀ ਸ਼ਿਰਕੀ ਬੀਥੀ ਬ੍ਰਿੰਦ ਬਜਾਰਨ, ਸ਼ਿਰਕੀ ਬੀਥੀ ਬ੍ਰਿੰਦ ਬਜਾਰਨ, ਕਹਿੰਦੇ ਬੀਥੀ ਕਹਿੰਦੇ ਗਲੀ ਨੂੰ, ਗਲੀਆਂ ਦੇ ਵਿੱਚ ਸਾਧ ਸੰਗਤ ਜੀ ਛਿੜਕਾਓ ਕੀਤਾ ਗਿਆ, ਗਲੀਆਂ ਸਾਫ ਸੁਥਰੀਆਂ ਕੀਤੀਆਂ ਗਈਆਂ। ਕਿਤਕ ਪਿਖਤ ਹੈ ਚੜੇ ਅਟਾਰਨ, ਤੇ ਫਿਰ ਕਈਆਂ ਨੇ ਤਾਂ ਅਟਾਰੀਆਂ ਤੇ ਚੜ੍ਹ ਕੇ, ਉੱਚੇ ਕੋਠਿਆਂ ਤੇ ਚੜ੍ਹ ਕੇ ਮਹਾਰਾਜ ਸੱਚੇ ਪਾਤਸ਼ਾਹ ਨੂੰ ਵੇਖਣਾ, ਦਰਸ਼ਨ ਕਰਨੇ ਆ। ਹਾਂਜੀ ਜਾਣੇ ਜਬ ਨੇੜੇ ਪੁਰ ਆਏ, ਜਦੋਂ ਪਤਾ ਲੱਗਾ ਵੀ ਸੱਚੇ ਪਾਤਸ਼ਾਹ ਅੰਮ੍ਰਿਤਸਰ ਦੇ ਨੇੜੇ ਹੀ ਆ ਗਏ ਹੈ। ਨਾਰ ਨਾਗਰੀ ਭਈ ਅਗਾਰੇ, ਤੇ ਫਿਰ ਇਸਤਰੀ ਪੁਰਸ਼ ਸਾਰੇ ਅੱਗੇ ਲੈਣ ਵਾਸਤੇ ਮਹਾਰਾਜ ਨੂੰ ਗਏ ਜੀ। ਹਾਂਜੀ ਗੂੰਦ ਗੂੰਦ ਫੁੱਲਨ ਕੀ ਮਾਲਾ, ਤੇ ਫਿਰ ਆਪ ਫੁੱਲਾਂ ਦੇ ਹਾਰ ਗੂੰਦ ਗੂੰਦ ਕੇ ਭਾਵ ਪਰੋ ਪਰੋ ਕੇ, ਲੇ ਲੇ ਮਿਲੀ ਜਾਏ ਗਨ ਬਾਲਾ, ਤੇ ਸਾਧ ਸੰਗਤ ਜੀ ਸਾਰੇ ਅਗਲ ਵਾਂਢੀ ਜਾ ਕੇ ਖਲੋ ਗਏ। ਭਾਟ ਨਕੀਬ ਬੋਲ ਤੇ ਆਵੇ, ਤੇ ਸਾਧ ਸੰਗਤ ਜੀ ਅੱਗੇ ਅੱਗੇ ਭੱਟ ਤੇ ਨਕੀਬ, ਨਕੀਬ ਹੁੰਦੇ ਸੀ ਜਦੋਂ ਰਾਜੇ ਮਹਾਰਾਜੇ ਚੱਲਦੇ ਸੀ ਨਾ, ਉਹਨਾਂ ਨੇ ਉੱਚੀ ਉੱਚੀ ਬੋਲਣਾ, ਸਾਵਧਾਨ ਹੋ ਜਾਓ, ਹੁਸ਼ਿਆਰ ਹੋ ਜਾਓ, ਮਹਾਰਾਜਾ ਜੀ ਆ ਰਹੇ ਨੇ। ਮਹਾਰਾਜ ਦੇ ਸਿੱਖ ਨਕੀਬ ਵੀ ਬਣਦੇ ਸੀਗੇ ਜੀ, ਸਾਵਧਾਨ ਹੋਸ਼ਿਆਰ, ਭਾਈ ਸਾਵਧਾਨ ਹੋ ਜਾਓ, ਮੇਰੇ ਪੇਰੇ ਦੇ ਮਾਲਕ ਗੁਰੂ ਨਾਨਕ ਸਾਹਿਬ ਜੀ ਦੀ ਗੱਦੀ ਦੇ ਵਾਰਸ ਭਾਰੀ ਗੁਰੂ ਵੱਡੇ ਯੋਧੇ ਦਲਾਂ ਨੂੰ ਭੰਜਣ ਵਾਲੇ ਗੁਰੂ ਹਰਗੋਬਿੰਦ ਸਾਹਿਬ ਆ ਰਹੇ ਨੇ। ਹਾਂਜੀ ਬਹੁ ਡੋਰੇ ਪਰ ਧਨ ਬਰਖਾਏ, ਤੇ ਸਾਧ ਸੰਗਤ ਜੀ ਫਿਰ ਸੰਗਤਾਂ ਖੁਸ਼ੀ ਚ ਆ ਕੇ ਨਾ ਮਾਤਾ ਮਰਵਾਹੀ ਜੀ ਦੇ ਡੋਲੇ ਦੇ ਉੱਤੇ ਧਨ ਦੀ ਵਰਖਾ ਕਰਦੇ ਆ ਜੀ। ਹਾਂਜੀ ਪੁਰ ਕੋ ਮੋਦ ਦੇਤ ਘਰ ਆਏ, ਤੇ ਉਸ ਫਿਰ ਸਾਰੀ ਨਗਰੀ ਨੂੰ ਖੁਸ਼ੀ ਦਿੰਦੇ ਹੋਏ ਆਨੰਦ ਦੇ ਨਾਲ ਫਿਰ ਮਹਾਰਾਜ ਘਰ ਆਏ ਜੀ। ਹਾਂਜੀ ਗੰਗ ਮਾਤ ਕੁੱਲ ਰੀਤ ਕਰਾਏ, ਮਾਤਾ ਗੰਗਾ ਜੀ ਨੇ ਕੁੱਲ ਦੀ ਮਰਿਆਦਾ ਦੇ ਅਨੁਸਾਰ, ਗੁਰੂ ਘਰ ਦੀ ਮਰਿਆਦਾ ਦੇ ਅਨੁਸਾਰ ਸਾਜ ਆਰਤੀ ਅਗਰ ਉਤਾਰੀ, ਸੱਚੇ ਪਾਤਸ਼ਾਹ ਮਹਾਰਾਜ ਗਰੀਬ ਨਵਾਜ ਜੀ ਦਾ ਸਤਿਕਾਰ ਕੀਤਾ ਜੀ। ਗੱਜ ਕੇ ਆਖੋ, ਜੋ ਗੁਰੂ ਘਰ ਦੀ ਮਰਿਆਦਾ ਸੀ ਉਸ ਤਰ੍ਹਾਂ ਸਾਰਾ ਕੁਝ ਕੀਤਾ। ਪੀਅਸ ਬਾਰ ਬਾਰ ਬਰਬਾਰੀ, ਹਾਂਜੀ ਅੰਤਰ ਸਦਨ ਬਿਰਾਜੇ ਜਾਏ, ਹੋਣੀ ਜ਼ਿਆਦੀ ਤਰਕਾਂ ਹੋ ਗਈਆਂ ਨੇ, ਮਾਵਾਂ ਉਦੋਂ ਆਮ ਹੀ ਜੋੜੀ ਉੱਤੋਂ ਪਾਣੀ ਵਾਰ ਕੇ ਪੀਂਦੀਆਂ ਸਨ ਜੀ। ਹਾਂਜੀ ਇਹ ਇੱਕ ਵਾਰ ਬਲਿਹਾਰ ਜਾਣ ਦੀ ਗੱਲ ਸੀਗੀ ਜੀ। ਹਾਂਜੀ ਮਾਤਾ ਜੀ ਨੇ ਉਹ ਸਾਰੀ ਮਰਿਆਦਾ ਕੀਤੀ, ਦੇਖ ਨੁਖਾ ਸੁੱਤ ਕੋ ਸੁਖ ਪਾਏ, ਤੇ ਸਾਧ ਸੰਗਤ ਜੀ ਫਿਰ ਨੌਂ ਦੇ ਦਰਸ਼ਨ ਕੀਤੇ ਜੀ। ਹਾਂਜੀ ਨੌਂ ਦੇ ਦਰਸ਼ਨ ਕੀਤੇ, ਪੁੱਤਰ ਦੇ ਦਰਸ਼ਨ ਕੀਤੇ, ਬਹੁਤ ਸੁੱਖ ਆਨੰਦ ਵਰਤਿਆ। ਫਿਰ ਮੈਂ ਬੇਨਤੀ ਕਰ ਦਿੰਦਾ, ਇਹ ਮਾਤਾ ਮਰਵਾਹੀ ਦੀ ਆਮ ਬੀਬੀ ਨਹੀਂ ਹੈਗੇ ਜੀ,
ਬੜੇ ਵੱਡੇ ਭਾਗ ਜੀ ਇਹਨਾਂ ਦੇ ਜੀ, ਪ੍ਰਤੱਖ ਰੂਪ ਚ ਗੁਰੂ ਹਰਗੋਬਿੰਦ ਸਾਹਿਬ ਦੇ ਪਤਨੀ ਬਣੇ ਜੀ। ਹਾਂਜੀ, ਸ਼੍ਰੀ ਹਰਗੋਬਿੰਦ ਪੁੰਨ ਉੱਠ ਆਏ, ਸ਼੍ਰੀ ਅੰਮ੍ਰਿਤਸਰ ਵਿਖੇ ਨਹਾਏ। ਫਿਰ ਵੇਖੋ, ਮਾਤਾ ਮਰਵਾਹੀ ਦੀ ਘਰ ਨੇ ਜੀ, ਤੇ ਗੁਰੂ ਹਰਗੋਬਿੰਦ ਸਾਹਿਬ ਉੱਠੇ, ਗੁਰਸਿੱਖਾਂ ਨੂੰ ਕਹਿੰਦੇ ਚਲੋ ਹਰਿਮੰਦਰ ਸਾਹਿਬ ਚੱਲੀਏ ਜੀ। ਲੰਮੇ ਸਮੇਂ ਬਾਅਦ ਆਏ, ਮੇਰੇ ਮਾਲਕ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਫਿਰ ਅੰਮ੍ਰਿਤ ਸਰੋਵਰ 'ਚ ਚੁੱਭਾ ਮਾਰ ਕੇ ਇਸ਼ਨਾਨ ਕਰਦੇ ਆ ਜੀ। ਕਿੱਡਾ ਸੁਹਾਵਣਾ ਸਮਾਂ ਹੋਏਗਾ ਜੀ, ਕਿਤੇ ਸੁਰਤ ਕਰਕੇ ਸੋਚੋ ਸਤਿਗੁਰੂ ਜੀ ਇਸ਼ਨਾਨ ਕਰਨ ਦੇ। ਵਾਹ ਜੀ ਵਾਹ, ਕਮਾਲ ਹੋਈ ਪਈ ਹੈ ਕਿ ਮਹਾਰਾਜ ਜੀ ਇਸ਼ਨਾਨ ਕਰਨ ਦੇ ਨੇ ਜੀ। ਹਾਂਜੀ, ਲੀਏ ਪ੍ਰਸਾਦ ਗਏ ਦਰਬਾਰ, ਫਿਰ ਚੋਲਾ ਪਾਇਆ, 7.5 ਫੁੱਟ ਉੱਚਾ ਕੱਦ ਮਹਾਰਾਜ ਦਾ ਜੀ, ਚੋਲਾ ਪਾਇਆ, ਸ਼ਸਤਰ ਸਜਾਏ, ਫਿਰ ਕੜਾਹ ਪ੍ਰਸ਼ਾਦ ਹੱਥ ਵਿੱਚ ਲਿਆ ਮਹਾਰਾਜ ਨੇ ਜੀ। ਹਾਂਜੀ, ਹੱਥ ਜੋਰ ਕਰ ਬੰਧਨ ਧਾਰ, ਅੰਦਰ ਗਏ ਜੀ ਹਰਿਮੰਦਰ ਸਾਹਿਬ ਦੇ ਜੀ। ਕੜਾਹ ਪ੍ਰਸ਼ਾਦ ਗੁਰਸਿੱਖਾਂ ਨੂੰ ਪਕੜਾ ਕੇ, ਹੱਥ ਜੋੜ ਕੇ, ਮੱਥਾ ਧਰਤੀ 'ਤੇ ਲਾ ਕੇ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਮੱਥਾ ਟੇਕਿਆ ਜੀ। ਜਦੋਂ ਹਰਿਮੰਦਰ ਸਾਹਿਬ ਜਾਓ ਤਾਂ ਤੁਹਾਨੂੰ ਮੱਥਾ ਲਾਉਣ ਦਾ ਮੌਕਾ ਮਿਲੇ ਨਾ ਜੀ ਥੱਲੇ ਮਸਤਕ ਟੇਕਣ ਦਾ, ਅਤੇ ਭਾਗਾਂ ਵਾਲੇ ਸਮਝਿਆ ਕਰੋ ਇੱਥੇ ਗੁਰੂ ਸਾਹਿਬ ਵੀ ਆ ਕੇ ਮਸਤਕ ਟੇਕਦੇ ਰਹੇ ਨੇ ਜੀ। ਹਾਂਜੀ, ਭਾਈ ਬ੍ਰਿਧ ਸਹਿਤ ਗੁਰਦਾਸ, ਹਾਂਜੀ, ਮਿਲੇ ਨਮੋ ਕਰ ਹਰਖ ਪ੍ਰਕਾਸ਼। ਉੱਧਰ ਫਿਰ ਬਾਬਾ ਬੁੱਢਾ ਜੀ ਵੀ ਤਿਆਰ ਪਰ ਤਿਆਰ ਖਲੋਤੇ ਸੀ ਨਾ ਵਧਾਈਆਂ ਦੇਣ ਨੂੰ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ। ਭਾਈ ਗੁਰਦਾਸ ਜੀ ਸਾਰੇ ਮਿਲ ਕੇ ਸੱਚੇ ਪਾਤਸ਼ਾਹ ਨੂੰ ਵਧਾਈਆਂ ਦਿੰਦੇ, ਮਹਾਰਾਜ ਵਿਆਹ ਕਰਾ ਆਏ, ਅਤੇ ਕਈ ਤਾਂ ਫਿਰ ਪਿਆਰ 'ਚ ਇਹ ਵੀ ਕਹਿੰਦੇ ਹੋਣੇ ਵੀ ਸਾਨੂੰ ਤਾਂ ਸੱਦਿਆ ਹੀ ਨਹੀਂ, ਅੱਖ ਵਾਹਿਗੁਰੂ। ਕਿਉਂ ਫਿਰ ਰਸਤੇ ਵਿੱਚ ਹੀ ਸਨ ਨਾ ਮਹਾਰਾਜ ਸੱਚੇ ਪਾਤਸ਼ਾਹ, ਅਤੇ ਉੱਥੇ ਹੀ ਭਾਈ ਦੁਆਰਾ ਜੀ ਨੇ ਬੇਨਤੀ ਕੀਤੀ, ਭਾਈ ਜੇਠਾ ਜੀ ਹੋਣਾ ਬੇਨਤੀ ਕੀਤੀ, ਮਹਾਰਾਜ ਨੇ ਉੱਥੇ ਬੇਨਤੀ ਪ੍ਰਵਾਨ ਕਰ ਲਈ ਜੀ। ਹਾਂਜੀ, ਦੀਨ ਪ੍ਰਦਰਸ਼ਨਾ ਪੁੰਨ ਹਟ ਆਏ, ਫਿਰ ਹਰਿਮੰਦਰ ਸਾਹਿਬ ਦੀਆਂ ਪਰਿਕਰਮਾ ਕੀਤੀਆਂ ਮਹਾਰਾਜ ਨੇ ਜੀ, ਪਰਿਕਰਮਾ ਕਰਕੇ ਥਿਰੇ ਅਕਾਲ ਤਖਤ ਕੀ ਥਾਏ, ਅਕਾਲ ਤਖਤ ਸਾਹਿਬ ਫਿਰ ਸੱਚੇ ਪਾਤਸ਼ਾਹ ਆ ਕੇ ਸੱਜੇ ਜੀ। ਹਾਂਜੀ, ਫਰਸ਼ ਕਰਾਏ, ਦੀਵਾਨ ਲਗਾਇਓ, ਚਾਦਰਾਂ ਵਿਛਾ ਦਿੱਤੀਆਂ ਗਈਆਂ, ਖੂਬ ਵੱਡਾ ਦੀਵਾਨ ਲਾਇਆ ਗਿਆ ਜੀ, ਸਭ ਆਏ ਗੁਰਦਰਸ਼ਨ ਪਾਇਓ, ਤੇ ਫਿਰ ਸਾਰੇ ਅੰਮ੍ਰਿਤਸਰ ਦੀਆਂ ਸੰਗਤਾਂ ਹੀ ਆਈਆਂ ਮਹਾਰਾਜ ਜੀ ਨੂੰ ਵਧਾਈ ਦੇਣ ਵਾਸਤੇ, ਸੱਚੇ ਪਾਤਸ਼ਾਹ ਜੀ ਦੇ ਦਰਸ਼ਨ ਕਰਨ ਵਾਸਤੇ। ਘਰ ਘਰ ਬੰਧਨ ਬੈਠੇ ਪਾਸ, ਮੱਥਾ ਟੇਕ ਟੇਕ ਕੇ ਨਮਸਕਾਰਾਂ ਕਰ ਕਰਕੇ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਚਰਨਾਂ 'ਚ ਸਾਰੇ ਬੈਠਦੇ ਗਏ। ਸਭ ਸੋ ਬੋਲਤ ਬਚਨ ਬਿਲਾਸ, ਮਹਾਰਾਜ ਫਿਰ ਸਾਰਿਆਂ ਨਾਲ ਬਚਨ ਕਰਦੇ, ਵਧਾਈਆਂ ਵੀ ਪ੍ਰਵਾਨ ਕਰਦੇ ਜੀ। ਹਾਂਜੀ, ਪੈਂਦੇ ਖਾਂ ਜੁੱਤ ਭੰਨ ਗੱਟ ਆਏ, ਪੈਂਦੇ ਖਾਂ ਹੋਰ ਸੂਰਮੇ ਸਾਰੇ ਮਹਾਰਾਜ ਦੇ ਚਰਨਾਂ 'ਚ ਆ ਕੇ ਬੈਠੇ। ਨਮੋ ਕਰੈ ਲੋਚਨ ਬਿਕਸਾਏ, ਅੱਜ ਲੰਮੇ ਸਮੇਂ ਬਾਅਦ ਆਪਣੇ ਮਾਲਕ, ਆਪਣੇ ਪ੍ਰੀਤਮ, ਆਪਣੇ ਸਤਿਗੁਰੂ ਜੀ ਦੇ ਦਰਸ਼ਨ ਕੀਤੇ ਸਨ, ਸਾਰੇ ਦਰਸ਼ਨ ਕਰਕੇ ਬੜੇ ਆਨੰਦਿਤ ਹੋਏ ਜੀ। ਹਾਂਜੀ, ਕਰਿਓ ਖਾਨ ਕੋ ਮਾਨ ਵਡੇਰਾ, ਭਟਨ ਕੁਸ਼ਲ ਬੂਜੀ ਤਿਸ ਬੇਰਾ, ਸਤਿਗੁਰੂ ਜੀ ਨੇ ਪੈਂਦੇ ਖਾਨ ਦਾ ਸਤਿਕਾਰ ਕੀਤਾ ਜੀ, ਪੈਂਦੇ ਖਾਨ ਦਾ ਸਤਿਕਾਰ ਕੀਤਾ, ਵਿਸ਼ੇਸ਼ ਸਤਿਕਾਰ ਕੀਤਾ ਜੀ, ਅਤੇ ਸੂਰਮਿਆਂ ਦੀ ਰਾਜੀ ਖੁਸ਼ੀ ਸੱਚੇ ਪਾਤਸ਼ਾਹ ਜੀ ਨੇ ਪੁੱਛੀ। ਇਹਦੇ ਤੋਂ ਅੱਗੇ ਫਿਰ ਸਾਧ ਸੰਗਤ ਜੀ ਅਗਲਾ ਪ੍ਰਸੰਗ ਕੱਲ੍ਹ ਨੂੰ ਸੁਣਾਂਗੇ, ਮਹਾਰਾਜ ਹੁਣ ਅੱਗੋਂ ਕੀ ਕਰਦੇ ਆ ਜੀ, ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਿਸ਼ ਕਰਨੀ, ਗੱਜ ਕੇ ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।